ਸੋ ਅੱਜ ਅਸੀਂ ਜਿਸ ਵਚਨ ਦੇ ਉੱਤੇ ਗੌਰ ਕਰਾਂਗੇ ਉਹ ਵਚਨ ਹੈ ਦ ਪਾਵਰ ਆਫ ਸਪੋਕਨ ਵਰਡਸ, ਬੋਲੇ ਹੋਏ ਸ਼ਬਦਾਂ ਦੀ ਸਮਰਥ। ਤਾਂ ਅੱਜ ਅਸੀਂ ਇਸ ਬਾਰੇ ਵਿੱਚ ਸਿੱਖਾਂਗੇ ਕਿ ਜਿਹੜੇ ਸ਼ਬਦ ਬੋਲੇ ਜਾਂਦੇ ਆ ਉਹਨਾਂ ਦੀ ਸਮਰਥ ਕਿੰਨੀ ਹੈ। ਹਾਲੇਲੂਇਆ। ਅਸੀਂ ਬਹੁਤ ਸਧਾਰਨ ਤੌਰ ਤੇ ਲੈਂਦੇ ਹਾਂ ਜਦੋਂ ਅਸੀਂ ਕੁਛ ਵੀ ਬੋਲਦੇ ਹਾਂ, ਬਹੁਤ ਜ਼ਿਆਦਾ ਸਧਾਰਨ ਕੁਛ ਵੀ ਬੋਲ ਦਿੰਦੇ ਹਾਂ, ਕਿਸੇ ਨੂੰ ਵੀ ਬੋਲ ਦਿੰਦੇ ਹਾਂ ਤੇ ਜਦੋਂ ਮਰਜ਼ੀ ਬੋਲ ਦਿੰਦੇ ਹਾਂ। ਇੱਕ ਗੱਲ ਯਾਦ ਰੱਖਿਓ, ਸ਼ਬਦ ਕਦੀ ਮਰਦਾ ਨਹੀਂ। ਇੱਕ ਵਾਰੀ ਜਿਹੜਾ ਸ਼ਬਦ ਤੁਹਾਡੇ ਮੂੰਹ ਚੋਂ ਨਿਕਲ ਗਿਆ ਉਹ ਕਦੀ ਵੀ ਖਤਮ ਨਹੀਂ ਹੁੰਦਾ। ਅਰ ਹਰ ਇੱਕ ਸ਼ਬਦ, ਚਾਹੇ ਉਹ ਹਾਸੇ ਵਾਲਾ ਆ, ਰੋਣ ਵਾਲਾ ਆ, ਗੁੱਸੇ ਵਾਲਾ ਆ, ਆਸ਼ੀਸ਼ ਵਾਲਾ ਆ, ਨਰਾਜ਼ਗੀ ਵਾਲਾ, ਜਿੱਦਾਂ ਦਾ ਵੀ ਆ, ਉਹਦੀ ਆਪਣੀ ਇੱਕ ਐਨਰਜੀ ਆ, ਉਹਦੀ ਆਪਣੀ ਇੱਕ ਊਰਜਾ ਆ। ਤੇ ਜਿਹੜਾ ਵੀ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਦਾ ਹੈ ਨਾ, ਉਹ ਇੱਕ ਊਰਜਾ ਪੈਦਾ ਕਰਦਾ ਹੈ। ਅਰ ਉਸ ਊਰਜਾ ਨੇ ਕੰਮ ਕਰਨਾ ਤੁਹਾਡੇ ਜੀਵਨ ਵਿੱਚ। ਜੋ ਵੀ ਤੁਸੀਂ ਸ਼ਬਦ ਬੋਲਦੇ ਆ, ਉਹਨਾਂ ਸ਼ਬਦਾਂ ਨੇ ਤੁਹਾਡੇ ਜੀਵਨ ਵਿੱਚ ਕੰਮ ਕਰਨਾ ਆ। ਇਸ ਲਈ ਜਦੋਂ ਵੀ ਬੋਲੋ, ਸਿਆਣੇ ਕਹਿੰਦੇ ਹੁੰਦੇ ਪਹਿਲਾਂ ਤੋਲੋ ਫਿਰ ਬੋਲੋ। ਕਿਉਂ ਉਹਨਾਂ ਨੇ ਕਿਹਾ ਪਹਿਲਾਂ ਤੋਲੋ? ਕਿਉਂਕਿ ਸ਼ਬਦ ਮਰਨਾ ਨਹੀਂ, ਸ਼ਬਦ ਨੇ ਕੰਮ ਕਰਨਾ ਆ। ਜੇ ਗਲਤ ਬੋਲ ਹੋ ਗਿਆ ਤੇ ਉਹਨੇ ਗਲਤ ਕੰਮ ਤੇ ਲੱਗ ਜਾਣਾ, ਜੇ ਠੀਕ ਬੋਲ ਹੋ ਗਿਆ ਤੇ ਫਿਰ ਠੀਕ ਕੰਮ ਹੋਣ ਲੱਗ ਜਾਣਾ। ਸ਼ਬਦ ਸਾਡੇ ਜੀਵਨ ਦੀ ਰਚਨਾ ਕਰਦੇ ਆ। ਸਾਡੀ ਰਚਨਾ ਪਰਮੇਸ਼ਵਰ ਨੇ ਕੀਤੀ ਤੇ ਸਾਡੇ ਜੀਵਨ ਦੀ ਰਚਨਾ ਸਾਡੇ ਸ਼ਬਦਾਂ ਨੇ ਕਰਨੀ ਹੈ। ਜਿਹੋ ਜਿਹਾ ਤੁਸੀਂ ਬੋਲੋਗੇ ਉਹੋ ਜਿਹਾ ਤੁਹਾਡਾ ਜੀਵਨ ਹੋਈ ਜਾਣਾ ਹੈ। ਅਰ ਬਹੁਤ ਸਾਰੇ ਸ਼ਬਦ ਆ ਉਹ ਬੋਲੇ ਨਹੀਂ ਗਏ ਪਰ ਤੁਹਾਡੇ ਅੰਦਰ ਆ, ਵਿਚਾਰਾਂ ਦੇ ਰੂਪ ਵਿੱਚ। ਪਰ ਇੱਕ ਦਿਨ ਉਹੀ ਵਿਚਾਰ ਸ਼ਬਦ ਦੇ ਰੂਪ ਵਿੱਚ ਜਨਮ ਲੈਂਦੇ ਆ। ਇਸ ਲਈ ਸਾਡੇ ਵਿਚਾਰਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਸਾਡੇ ਸ਼ਬਦਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਆ। ਅਗਰ ਅਸੀਂ ਚਾਹੁੰਦੇ ਹਾਂ ਸਾਡਾ ਜੀਵਨ ਸੋਹਣਾ ਹੋਏ ਤੇ ਸਾਡੇ ਵਿਚਾਰ ਸੋਹਣੇ ਹੋਣੇ ਚਾਹੀਦੇ ਤਾਂ ਜੋ ਸੋਹਣੇ ਸ਼ਬਦ ਜਨਮ ਲੈਣ। ਜੇਕਰ ਤੁਸੀਂ ਆਪਣੇ ਮੂੰਹ ਚੋਂ ਗਲਤ ਸ਼ਬਦ ਉਚਾਰਦੇ ਜਾਓਗੇ ਤਾਂ ਫਿਰ ਤੁਹਾਡੇ ਜੀਵਨ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਗਲਤ ਹੁੰਦੀਆਂ ਜਾਣਗੀਆਂ। ਤੁਹਾਨੂੰ ਸਮਝ ਤੱਕ ਨਹੀਂ ਆਉਣੀ ਕਿ ਸਾਡੇ ਜੀਵਨ 'ਚ ਇਹ ਹੋ ਕਿਉਂ ਰਿਹਾ ਆ। ਬਹੁਤ ਸਾਰੇ ਲੋਕੀ ਕਹਿੰਦੇ ਅਸੀਂ ਤਾਂ ਕਦੀ ਕਿਸੇ ਦਾ ਬੁਰਾ ਕੀਤਾ ਹੀ ਨਹੀਂ, ਅਸੀਂ ਕਿਸੇ ਦਾ ਬੁਰਾ ਤੱਕਿਆ ਹੀ ਨਹੀਂ, ਫਿਰ ਸਾਡੇ ਨਾਲ ਬੁਰਾ ਪਤਾ ਨਹੀਂ ਕਿਉਂ ਹੋਈ ਜਾਂਦਾ। ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ, ਕਿਸੇ ਦਾ ਬੁਰਾ ਨਹੀਂ ਤੱਕਿਆ, ਪਰ ਬਹੁਤ ਸਾਰੇ ਲੋਕੀ ਆ ਉਹ ਗੱਲ ਗੱਲ ਨਾਲ ਆਪਣੇ ਆਪ ਨੂੰ ਸ਼ਰਾਪਿਤ ਕਰਦੇ ਰਹਿੰਦੇ ਆ, ਆਪਣੇ ਆਪ ਦੇ ਬਾਰੇ ਵਿੱਚ ਗਲਤ ਬੋਲਦੇ ਰਹਿੰਦੇ ਆ। ਅਰ ਜੋ ਉਹ ਆਪਣੇ ਲਈ ਬੋਲਦੇ ਆ ਉਹੀ ਉਹਨਾਂ ਦੇ ਜੀਵਨ ਦੇ ਵਿੱਚ ਬਣਨਾ ਸ਼ੁਰੂ ਹੋ ਜਾਂਦਾ, ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਸ੍ਰਿਸ਼ਟੀ ਦੀ ਰਚਨਾ ਸ਼ਬਦ ਦੇ ਦੁਆਰਾ ਹੋਈ ਹੈ। ਤੁਹਾਨੂੰ ਪਤਾ ਇਸ ਗੱਲ ਦਾ? ਜਦੋਂ ਤੁਸੀਂ ਉਤਪਤੀ ਕਿਤਾਬ ਖੋਲਦੇ ਆ ਤਾਂ ਸ਼ਬਦ ਦੇ ਦੁਆਰਾ ਖੁਦਾ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਹੈ। ਪਰਮੇਸ਼ਵਰ ਨੇ ਆਪਣੀ ਪਹਿਚਾਣ, ਉਹ ਕੌਣ ਆ, ਕਿੰਨੀ ਸਮਰਥ ਆ ਪਰਮੇਸ਼ਵਰ ਦੇ ਅੰਦਰ, ਸ਼ਬਦ ਦੇ ਦੁਆਰਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਸਾਡੇ ਨਾਲ ਕਿ ਉਹ ਪਰਮੇਸ਼ਵਰ, ਉਹਨੇ ਸ਼ਬਦ ਬੋਲਿਆ ਤੇ ਇਦਾਂ ਚੀਜ਼ਾਂ ਹੋ ਗਈਆਂ। ਦਿਨ ਰਾਤ ਵੱਖ ਵੱਖ ਹੋ ਗਏ, ਧਰਤੀ ਤੇ ਪਾਣੀ ਵੱਖ ਵੱਖ ਹੋ ਗਏ, ਸਮੁੰਦਰ ਮੱਛੀਆਂ ਦੇ ਨਾਲ ਭਰ ਗਏ ਪਾਣੀ ਜਿਹੜੇ ਸੀਗੇ, ਧਰਤੀ ਰੀਂਗਣ ਵਾਲਿਆਂ ਦੇ ਨਾਲ, ਚੱਲਣ ਵਾਲਿਆਂ ਦੇ ਨਾਲ, ਆਕਾਸ਼ ਉੱਡਣ ਵਾਲਿਆਂ ਦੇ ਨਾਲ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ। ਤਾਂ ਸਾਰੀ ਰਚਨਾ ਸ਼ਬਦ ਦੇ ਦੁਆਰਾ ਹੈ।
परमेश्वर ने शब्द बोले ते शब्द पूरे हो गए और परमेश्वर ने मनुख नू अपने स्वरूप ते बनाया ते जेकर मनुख परमेश्वर दे स्वरूप उत्ते आ तो एदा मतलब जो मनुख बोलदा आ तो एदे भी शब्द पूरे हुंदे आ। तुसी जदों बोल के किसी नू आवाज लगाउंदे हो तुहाडे वल नू आउंदा कि नहीं, एदा मतलब तुहाडे शब्द दे विच ताकत हैगी आ। तुसी क्या उनू इधर नू आ ते ओ पूरा शरीर लैके आ गया तुहाडे तक। तुसी किसी नू क्या काम कर ओ काम करन लग गया। जब तक तुसी नहीं बोले ना वो तुहाडे वल नू आया सी ना वो काम कर रहा सी। तुसी बोलिया ते ओ आ भी गया ओ काम भी करन लग गया। इत्थों तक के शब्द नू सुन के जानवर भी काम दे विच लग जांदे आ। ता तुहाडे आले दुआले दी जिहड़ी हवा आ इह सारी तुहाडे शब्दां नू सुन रही आ। वचन विच लिखिया आ कहिंदा तू अपनी कोठड़ी विच भी पातशाह दे विरुद्ध ना बोल। मतलब ए नहीं है कि तुसी लोकां विच ही कुछ गलत नहीं बोलना। तू अपने मन दे अंदर भी कुछ गलत ना बोल। तू लुक छुप के भी कोई गलत गल ना बोल क्योंकि कहिंदा हर व्यर्थ गल दा जिहड़ा आ तेतों हिसाब लिया जाणा आ। बहुत अखर आ जिहड़े असीं बोल के कहिंदे मैं उदां ही कहा सी। हुण भावें तू कहिंदा आ मैं उदां ही कहा सी पर जिहड़े उदां भी कहे आ ना कई वारी उहनां दा भी तुहानूं नतीजा भुगतना पैंदा। कई बार कोई जना थोड़े नाल रुस जाता थानू पता भी नहीं होंगे तो तुम कहने पता नहीं क्यों रुसिया मैं तो इन्हू कुछ कहा नहीं। फिर जो तुम पूछते हैं वो कोई छोटी जी गल होंगी जी दसदा आ तुम उन्होंने कहने लै मैं थोड़ी पता सी तै इदा मन लैना मैं तो उदा ही कहा पर होया तुम कहा ना तुम बोलिया इसलिए वो थोड़े जीवन के पूरा हो गया है जिद्दां भी कहा। कई वारी लोकी कहिंदे सह सुभा कहा ते इदां ही हो गया। मैं चाहुंदा नहीं सी इदां होवे मेरे तो कह हो गया ते लै मैनूं की पता सी इदां हो जाणा पर जिद्दां तुसी बोलिया सी उदां ही हो गया। तां जिहड़े स्पोकन वर्ड्स आ जिहड़े बोले हुए शब्द आ ये बहुत ज्यादा सामर्थी आ। जिदा तीर कमान चो निकलिया वापस नहीं आता इदा ही गल जुबान चो निकली जड़ी है ना वापस नहीं आती। जेकर एक इंसान दे जड़े मुंह दे शब्द आ उन्हां दे विच इन्नी ताकत आ तो गौर करके देखो ओ शब्द जड़े परमेश्वर दे मुंह चो निकले हुए आ उन्हां दे विच किन्नी ज्यादा ताकत आ। अज असीं बहुत सारिया समस्यावां दा हल लभदे आ पर मिलदा नहीं। बहुत लोकी शिफा पाउणी चाहुंदे आ पर चंगे नहीं हो रहे। दुखां विच्चों बाहर आउणा चाहुंदे आ पर नहीं निकल पा रहे। शैतान ने फड़िया आ आजाद होना चाहुंदे आ पर आजादी मिल नहीं रही। उहदा रीजन की आ? पहला कारण कि वह परमेश्वर के बोले हुए शब्दों पर गौर नहीं करते। दूजा कारण वह आप भी चंगे शब्द नहीं बोलते। जेकर तुसी चंगे होना है आजादी पानी है तो जरूरी है सब तो पहला तुसी उन्हां शब्दों पर गौर करो जेड़े शब्द परमेश्वर के द्वारा बोले गए हैं। और सैकेंडली जो तुसी बोलने उन्हां शब्दों उत्ते गौर करो और ये सोच के बोलो कि मैं जो भी शब्द बोल रहा हूं वो मेरे जीवन दे विच उन्हें काम करना है। सो जरूरी है असी परमेश्वर दे बोले हुए शब्दों उत्ते ते अपने वल्लों बोले जाण वाले शब्दों दे उत्ते गौर करिए। जकरिया एक नबी होया पवित्र बाइबल दे विच यूहन्ना बपतिस्मा देन वाले दा पिता परमेश्वर दा चुनिया होया बंदा
ਅਲਿਸਬਤ ਉਹਦੀ ਵਾਈਫ ਦਾ ਨਾਮ ਸੀ, ਉਹਦੀ ਪਤਨੀ ਦਾ ਨਾਮ। ਔਰ ਦੋਵੇਂ ਜੀ ਬਹੁਤ ਹੀ ਧਰਮੀ ਸੀ। ਤੁਸੀਂ ਇਹਨਾਂ ਦੀ ਪੂਰੀ ਸਟੋਰੀ ਜਿਹੜੀ ਆ ਲੂਕਾ ਇੱਕ ਅਧਿਆਇ ਜਿਹੜਾ ਆ ਉਹ ਘਰੇ ਜਾ ਕੇ ਤੁਸੀਂ ਪੜ੍ਹਿਓ, ਪੂਰਾ ਚੈਪਟਰ ਪੜ੍ਹੋਗੇ ਤਾਂ ਤੁਹਾਨੂੰ ਐਨ ਚੰਗੀ ਤਰ੍ਹਾਂ ਸਮਝ ਆ ਜੂਗੀ। ਜਦੋਂ ਜ਼ਕਰਿਆ ਤੇ ਅਲਿਸਬਤ ਉਹ ਪਰਮੇਸ਼ਵਰ ਦੀ ਸੇਵਾ ਬਹੁਤ ਮਨ ਤੋਂ ਕਰਦੇ ਸੀ, ਪਰਮੇਸ਼ਵਰ ਦੇ ਬਹੁਤ ਪ੍ਰੇਮੀ ਸੀਗੇ, ਤੇ ਜ਼ਕਰਿਆ ਪਰਮੇਸ਼ਵਰ ਦੇ ਘਰ ਵਿੱਚ ਕੰਮ ਕਰਦਾ ਸੀ, ਧੂਫ ਵੀ ਤਖਾਉਂਦਾ ਸੀ ਪਰਮੇਸ਼ਵਰ ਦੀ ਹੈਕਲ ਦੇ ਵਿੱਚ, ਤਾਂ ਇੱਕ ਦਿਨ ਉਹ ਹੈਕਲ ਦੇ ਅੰਦਰ ਗਿਆ ਤੇ ਉੱਥੇ ਇੱਕ ਸਵਰਗਦੂਤ ਪ੍ਰਗਟ ਹੋਇਆ ਤੇ ਉਸ ਸਵਰਗਦੂਤ ਨੇ ਕਿਹਾ ਵੀ ਜ਼ਕਰਿਆ ਤੇਰੀਆਂ ਜਿਹੜੀਆਂ ਬੇਨਤੀਆਂ ਆ ਉਹ ਪਰਮੇਸ਼ਵਰ ਦੇ ਅੱਗੇ ਪ੍ਰਵਾਨ ਹੋ ਗਈਆਂ ਆ, ਤੂੰ ਤੇ ਤੇਰੀ ਪਤਨੀ ਬਹੁਤ ਧਰਮੀ ਆ, ਪਰਮੇਸ਼ਵਰ ਨੂੰ ਪਸੰਦ ਆਇਆ ਆ, ਤੇ ਪਰਮੇਸ਼ਵਰ ਤੈਨੂੰ ਇੱਕ ਬੇਟੇ ਦੇ ਨਾਲ ਬਲੈਸ ਕਰਨ ਜਾ ਰਹੇ ਆ। ਜ਼ਕਰਿਆ ਤੇ ਅਲਿਸਬਤ ਬਜ਼ੁਰਗ ਹੋ ਚੁੱਕੇ ਸੀ। ਜ਼ਕਰਿਆ ਨੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ, ਕਹਿੰਦਾ ਇਸ ਉਮਰ ਵਿੱਚ ਮੇਰੇ ਨਾਲ ਕਿੱਦਾਂ ਹੋ ਸਕਦਾ ਹੈ। ਤਾਂ ਸਵਰਗਦੂਤ ਨੇ ਕਿਹਾ ਉਦੋਂ ਤੱਕ ਲਈ ਤੂੰ ਗੂੰਗਾ ਹੋ ਜਾਵੇਂ ਜਦ ਤੱਕ ਪਰਮੇਸ਼ਵਰ ਦਾ ਕੰਮ ਪੂਰਾ ਨਾ ਹੋ ਜਾਵੇ। ਪਰਮੇਸ਼ਵਰ ਨੇ ਜ਼ਕਰਿਆ ਨੂੰ ਗੂੰਗਾ ਕਰ ਦਿੱਤਾ ਜਦ ਤੱਕ ਉਹਦੇ ਘਰ ਬੱਚਾ ਪੈਦਾ ਨਹੀਂ ਹੋਇਆ। ਕਿਉਂ ਗੂੰਗਾ ਕੀਤਾ, ਉਹਦਾ ਕਾਰਨ ਕੀ ਸੀ? ਇਸ ਲਈ ਗੂੰਗਾ ਕੀਤਾ ਤਾਂ ਜੋ ਉਹ ਬੇਪ੍ਰਤੀਤੀ ਵਾਲੇ ਅੱਖਰ ਬੋਲ ਕੇ ਪਰਮੇਸ਼ਵਰ ਦੇ ਕੰਮ ਦੇ ਵਿੱਚ ਰੁਕਾਵਟ ਨਾ ਪਾਵੇ। ਮਰੀਅਮ ਕੋਲ ਵੀ ਫਰਿਸ਼ਤਾ ਆਇਆ ਸੀ ਤੇ ਮਰੀਅਮ ਨੇ ਕੀ ਕਿਹਾ, ਕਹਿੰਦੀ ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ। ਕੀ ਕਿਹਾ ਮਰੀਅਮ ਨੇ? ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ। ਉਹਨੇ ਉਹ ਜਿਹੜੇ ਸਪੋਕਨ ਵਰਡ ਸੀ, ਜਿਹੜੇ ਬੋਲੇ ਹੋਏ ਸ਼ਬਦ ਸੀ ਜੋ ਜ਼ਬਰਾਇਲ ਨੇ ਕਿਹਾ ਮੈਂ ਪਰਮੇਸ਼ਵਰ ਤੋਂ ਲੈ ਕੇ ਆਇਆ ਹਾਂ, ਉਹਨੇ ਉਹਨਾਂ ਸ਼ਬਦਾਂ ਨੂੰ ਆਪਣੇ ਅੰਦਰ ਲੈ ਲਿਆ, ਕਨਸੀਵ ਕਰ ਲਿਆ ਉਹਨਾਂ ਸ਼ਬਦਾਂ ਨੂੰ, ਤੇ ਉਹਨੇ ਸ਼ਬਦ ਨੂੰ ਹੀ ਜਨਮ ਦਿੱਤਾ। ਹਾਲੇਲੂਇਆ। ਪਰ ਜ਼ਕਰਿਆ ਨੂੰ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਇਸ ਬਜ਼ੁਰਗੀ ਦੇ ਵਿੱਚ ਉਹ ਪਿਤਾ ਬਣ ਸਕਦਾ ਤੇ ਅਲਿਸਬਤ ਮਾਂ ਬਣ ਸਕਦੀ ਹੈ। ਇਸ ਲਈ ਪਰਮੇਸ਼ਵਰ ਨੇ ਚਾਹਿਆ ਕਿ ਉਦੋਂ ਤੱਕ ਇਹਦੀ ਜਿਹੜੀ ਜ਼ੁਬਾਨ ਆ ਉਹ ਬੰਦ ਕਰ ਦਿੱਤੀ ਜਾਏ, ਇਹ ਆਪਣੇ ਮੂੰਹ ਤੋਂ ਗਲਤ ਨਾ ਬੋਲੇ, ਬੇਪ੍ਰਤੀਤੀ ਦੀਆਂ ਗੱਲਾਂ ਨਾ ਕਰੇ। ਕਿਉਂਕਿ ਜਦੋਂ ਅਸੀਂ ਬੇਵਿਸ਼ਵਾਸੇਪਨ ਵਾਲੀਆਂ ਗੱਲਾਂ ਕਰਦੇ ਹਾਂ, ਬੇਪ੍ਰਤੀਤੀ ਵਾਲੀਆਂ ਗੱਲਾਂ ਕਰਦੇ ਹਾਂ, ਉਹ ਸ਼ਬਦ ਬੋਲਦੇ ਹਾਂ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਆ, ਪਰਮੇਸ਼ਵਰ ਦੇ ਸ਼ਬਦਾਂ ਦੇ ਵਿਰੁੱਧ ਆ, ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਖਰਾਬ ਕਰ ਦਿੰਦੇ ਹਾਂ। ਅੱਜ ਵੀ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਆ, ਸੇਵਾ ਕਰਦੇ ਆ, ਵਰਤ ਰੱਖਦੇ ਆ, ਪਰ ਜੇ ਉਹਨਾਂ ਨੂੰ ਉਹਨਾਂ ਦੀ ਸੋਚ ਤੋਂ ਵੱਡੀ ਬਰਕਤ ਬੋਲ ਦਿੱਤੀ ਜਾਵੇ ਤਾਂ ਉਹ ਕਹਿੰਦੇ ਨਹੀਂ ਨਹੀਂ ਸਾਡੇ ਨਾਲ ਇਦਾਂ ਕਿੱਦਾਂ ਹੋ ਸਕਦਾ ਹੈ। ਉਹ ਆਪਣੀ ਉਸ ਬਰਕਤ ਨੂੰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਕਰ ਦਿੰਦੇ। ਜੇਕਰ ਇੱਕ ਗਰਭਵਤੀ ਔਰਤ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਦਾ ਖਿਆਲ ਨਾ ਰੱਖੇ, ਉੱਚੇ ਨੀਵੇਂ ਦਾ ਧਿਆਨ ਨਾ ਰੱਖੇ, ਆਪਣੀ ਡਾਈਟ ਦਾ ਧਿਆਨ ਨਾ ਰੱਖੇ, ਤਾਂ ਉਹ ਕੇਸ ਧੁਰ ਨਹੀਂ ਚੜਦਾ ਜਾਂ ਫਿਰ ਸਹੀ ਬੱਚਾ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ ਅਗਰ ਤੁਸੀਂ ਉਹ ਬੋਲੇ ਹੋਏ ਸ਼ਬਦ ਜਿਹੜੇ ਪਰਮੇਸ਼ਵਰ ਦੇ ਆਤਮਾ ਤੋਂ ਆ, ਪਰਮੇਸ਼ਵਰ ਦੇ ਵਚਨ ਤੋਂ ਆ, ਅਗਰ ਤੁਸੀਂ ਉਹਨਾਂ ਸ਼ਬਦਾਂ ਦੀ ਠੀਕ ਦੇਖਭਾਲ ਨਹੀਂ ਕਰਦੇ, ਉਹਨਾਂ ਨੂੰ ਤੁਸੀਂ
ਅਸੀਂ ਸਹੀ ਤਰੀਕੇ ਨਾਲ ਆਪਣੇ ਗਰਭ ਦੇ ਅੰਦਰ ਨਹੀਂ ਰੱਖਦੇ, ਤੁਸੀਂ ਆਪਣੇ ਮੂੰਹ ਦੀ ਚੌਕਸੀ ਨਹੀਂ ਕਰਦੇ, ਤਾਂ ਤੁਹਾਡੀ ਗਵਾਹੀ ਸਹੀ ਜਨਮ ਨਹੀਂ ਲੈਂਦੀ। ਅਗਰ ਤੁਸੀਂ ਆਪਣੇ ਜੀਵਨ ਵਿੱਚ ਇੱਕ ਵੱਡੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ, ਚੰਗੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ, ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਉੱਤਰ ਲੈਣਾ ਚਾਹੁੰਦੇ ਆ, ਆਪਣੀ ਸੋਚ ਨਾਲੋਂ ਵੱਧ ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਪਰਮੇਸ਼ਵਰ ਦੁਆਰਾ ਬੋਲੇ ਹੋਏ ਸ਼ਬਦਾਂ ਦੇ ਉੱਤੇ ਇਮਾਨ ਰੱਖੋ, ਉਹਨਾਂ ਸ਼ਬਦਾਂ ਦੀ ਚੌਕਸੀ ਕਰੋ। ਅਗਰ ਇੱਕ ਗਰਭਵਤੀ ਔਰਤ ਜ਼ਿਆਦਾ ਨਸ਼ੇ ਦਾ ਸੇਵਨ ਕਰੂਗੀ ਤਾਂ ਉਹਦਾ ਇਫੈਕਟ ਬੱਚੇ ਦੇ ਉੱਤੇ ਜਾਊਗਾ, ਜ਼ਿਆਦਾ ਮਿੱਠਾ ਖਾਏਗੀ ਉਹਦਾ ਇਫੈਕਟ ਵੀ ਬੱਚੇ ਉੱਤੇ ਜਾਏਗਾ, ਜ਼ਿਆਦਾ ਮਿਰਚ ਖਾਏਗੀ ਉਹਦਾ ਇਫੈਕਟ ਵੀ ਬੱਚੇ ਉੱਤੇ ਜਾਏਗਾ। ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਵਾਰੀ ਤਾਂ ਆਮੀਨ ਕਹਿ ਕੇ ਉਸ ਸ਼ਬਦ ਨੂੰ ਲੈ ਲਿਆ, ਤੁਹਾਨੂੰ ਪਤਾ ਆਮੀਨ ਦਾ ਅਰਥ ਕੀ ਆ? ਜੋ ਬੋਲਿਆ ਜਾ ਰਿਹਾ ਮੇਰੇ ਨਾਲ ਐਨ ਉਦਾਂ ਹੀ ਹੋਵੇ, ਇਹ ਅਰਥ ਆ ਆਮੀਨ ਦਾ। ਇੱਕ ਵਾਰੀ ਤਾਂ ਤੁਸੀਂ ਆਮੀਨ ਕਹਿ ਲਿਆ, ਭਾਵ ਕਨਸੀਵ ਹੋ ਗਿਆ, ਤੁਹਾਡੇ ਆਤਮਾ ਦੇ ਗਰਭ ਦੇ ਅੰਦਰ ਉਹ ਸ਼ਬਦ ਚੱਲਿਆ ਗਿਆ, ਪਰ ਉਸ ਦੇ ਬਾਅਦ ਵਿੱਚ ਤੁਸੀਂ ਗਲਤ ਚੀਜ਼ਾਂ ਦਾ ਸੇਵਨ ਕਰ ਰਹੇ ਆ, ਸ਼ੱਕ ਵੀ ਲੋੜ ਨਾਲੋਂ ਵੱਧ ਆਪਣੇ ਅੰਦਰ ਲਈ ਜਾ ਰਹੇ ਆ, ਬੇਵਿਸ਼ਵਾਸਾਪਨ ਵੀ ਲੋੜ ਨਾਲੋਂ ਵੱਧ ਆਪਣੇ ਅੰਦਰ ਲਈ ਜਾ ਰਹੇ, ਅਣ ਆਗਿਆਕਾਰੀ ਵੀ ਬਹੁਤਾਇਤ ਦੇ ਨਾਲ ਕਰੀ ਜਾ ਰਹੇ ਆ, ਤਾਂ ਕਿਹੋ ਜਿਹਾ ਬੱਚਾ ਪੈਦਾ ਹੋਏਗਾ, ਕਿਹੋ ਜਿਹੀ ਗਵਾਹੀ ਪੈਦਾ ਹੋਏਗੀ, ਕਿਹੋ ਜਿਹਾ ਪ੍ਰਾਰਥਨਾ ਦਾ ਉੱਤਰ ਹੋਏਗਾ? ਇਸ ਲਈ ਚੌਕਸੀ ਕਰੋ, ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦ ਜਿਹੜੇ ਆ ਉਹ ਬਹੁਤ ਸਮਰਥੀ ਆ, ਔਰ ਉਹ ਸਾਰੇ ਦੇ ਸਾਰੇ ਪੂਰੇ ਹੋਣ ਵਾਲੇ ਆ। ਅਗਰ ਤੁਹਾਡੇ ਜੀਵਨ ਵਿੱਚ ਪੂਰੇ ਨਹੀਂ ਹੋ ਰਹੇ ਤਾਂ ਉਹ ਤੁਸੀਂ ਉਹਦੀ ਵਜ੍ਹਾ ਹੋ। ਜਿਵੇਂ ਬਹੁਤ ਸਾਰੇ ਲੋਕ ਉਹ ਆਪਣੇ ਮੂੰਹ ਦੀ ਰਾਖੀ ਨਹੀਂ ਕਰਦੇ ਤੇ ਉਹ ਹਮੇਸ਼ਾ ਕਹਿੰਦੇ ਰਹਿੰਦੇ ਆ ਸੈਟਨ ਇਜ਼ ਸੋ ਪਾਵਰਫੁਲ, ਸੈਟਨ ਇਜ਼ ਸੋ ਡੇਂਜਰਸ, ਵੀ ਸ਼ੈਤਾਨ ਬਹੁਤ ਵੱਡਾ ਆ, ਬਹੁਤ ਤਕੜਾ ਆ, ਉਹ ਬਹੁਤ ਖਤਰਨਾਕ ਆ। ਕਈ ਸਾਡੇ ਨਾਲ ਆਣ ਕੇ ਗੱਲ ਕਰਦੇ ਆ, ਮਿਲਦੇ ਆ, ਅਸੀਂ ਉਹਨਾਂ ਨੂੰ ਮਨਾ ਵੀ ਕਰੀਦਾ ਪਰ ਫਿਰ ਵੀ ਕਹਿਣਗੇ ਨਹੀਂ ਪਾਸਟਰ ਜੀ ਤੁਹਾਨੂੰ ਨਹੀਂ ਪਤਾ। ਜਿਹੜੇ ਦੁਸ਼ਟ ਆਤਮੇ ਨੇ ਮੈਨੂੰ ਘੇਰਿਆ ਉਹ ਬਹੁਤ ਜ਼ਾਰਾ ਆ, ਫਿਰ ਅਸੀਂ ਉਹਨਾਂ ਨੂੰ ਕਹੋਗੇ ਪ੍ਰਭੂ ਸਭ ਤੋਂ ਵੱਡਾ ਆ, ਨਹੀਂ ਪਾਸਟਰ ਜੀ ਸਾਨੂੰ ਫਲਾਣੇ ਬਾਬੇ ਨੇ ਕਿਹਾ ਸੀ ਇਹਦੀ ਮਿਆਦ ਟੱਪ ਗਈ ਆ। ਫਿਰ ਮੈਂ ਉਹਨੂੰ ਕਹਿੰਦੀ ਨਹੀਂ ਪ੍ਰਭੂ ਸਭ ਕੁਛ ਕਰ ਸਕਦੇ, ਨਹੀਂ ਪਾਸਟਰ ਜੀ ਮਤਲਬ ਉਹ ਹਰ ਗੱਲ ਨੂੰ ਕੰਡੈਮ ਕਰ ਰਹੇ ਆ, ਹਰੇਕ ਚੰਗੇ ਸ਼ਬਦ ਨੂੰ, ਹਰੇਕ ਪਰਮੇਸ਼ਵਰ ਵੱਲੋਂ ਬੋਲੇ ਹੋਏ ਸ਼ਬਦ ਨੂੰ ਉਹ ਰੱਦ ਕਰ ਰਹੇ ਆ, ਤੇ ਫਿਰ ਉਹ ਚਾਹੁੰਦੇ ਕੀ ਆ ਕਿ ਉਹ ਦੁਸ਼ਟ ਉਹਨਾਂ ਨੂੰ ਛੱਡ ਕੇ ਚਲਿਆ ਜਾਵੇ। ਇਦਾਂ ਕਿੱਦਾਂ ਆਜ਼ਾਦੀ ਪਾ ਸਕਦੇ ਆ ਉਹ? ਜੇ ਉਹਨਾਂ ਨੇ ਕਹਿਣਾ ਸਾਡੇ ਘਰ ਚ ਕਲੇਸ਼ ਬਹੁਤ ਆ, ਅਸੀਂ ਉਹਨਾਂ ਨੂੰ ਕਹਿਣਾ ਪ੍ਰਭੂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਲੈ ਕੇ ਆ ਰਹੇ ਆ, ਨਹੀਂ ਪਾਸਟਰ ਜੀ ਇਦਾਂ ਕਿੱਦਾਂ ਹੋ ਜੂ, ਜਦ ਉਹ ਸੁਧਰਣ ਦਾ ਨਾਂ ਹੀ ਨਹੀਂ ਲੈਂਦਾ ਸਾਡੇ ਘਰ ਸ਼ਾਂਤੀ ਕਿੱਦਾਂ ਆਜੂ? ਅਸੀਂ ਕਹਿਣਾ ਉਹਨੇ ਨਸ਼ਾ ਛੱਡ ਜਾਣਾ, ਨਹੀਂ ਪਾਸਟਰ ਜੀ ਮੈਂ ਸਾਰੀ ਵਾਹ ਲਾ ਲਈ, ਮੈਂ ਬੋਲ ਬੋਲ ਥੱਕ ਗਈ, ਉਹ ਨਹੀਂ ਨਸ਼ਾ ਛੱਡ ਜਾ। ਬਈ ਹੁਣ ਤੁਸੀਂ ਕੀ ਚਾਹੁੰਦੇ? ਪਾਦਰੀ ਕਵੇ ਵੀ ਇਦਾਂ ਨਹੀਂ ਹੋਣਾ? ਤੁਸੀਂ ਕੀ ਚਾਹੁੰਦੇ ਵੀ ਅਸੀਂ ਕਿਆ ਕਰੀਏ ਤੁਹਾਡੇ ਘਰ ਸ਼ਾਂਤੀ ਨਹੀਂ ਹੋਣੀ? ਫੇਰ ਕਹਿਣਾ ਸਾਨੂੰ ਪਾਦਰੀ ਨੇ ਸਰਾਪ ਦੇ ਦਿੱਤਾ, ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਟਿਕਣ ਦਿੰਦੇ। ਜੇ ਕਹੀ ਦਾ ਵੀ ਸ਼ਾਂਤੀ ਹੋ ਜਾਣੀ ਫਿਰ ਨਹੀਂ ਪਾਸਟਰ ਜੀ, ਨਸ਼ਾ ਛੱਡ ਦੇਣਾ ਨਹੀਂ ਪਾਸਟਰ ਜੀ, ਜੇ ਕਹਿ ਲਈਏ ਇੱਦਾਂ ਨਹੀਂ ਹੋਣਾ ਪਾਸਟਰ ਜੀ ਤੁਸੀਂ ਤਾਂ ਨਾ ਇੱਦਾਂ ਕਹੋ, ਤੁਹਾਡੇ ਤਾਂ ਮੂੰਹ ਵਿੱਚ ਤਾਕਤ ਆ, ਤੁਸੀਂ ਕਿਸੇ ਪਾਸੇ ਤਾਂ ਹੋ ਜਾਓ। ਪਰ ਸੱਚ ਇਹ ਆ, ਵਚਨ ਵਿੱਚ ਲਿਖਿਆ ਪਰਮੇਸ਼ਵਰ ਆਪਣੇ ਦਾਸ ਦੇ ਸ਼ਬਦ ਨੂੰ ਕਾਇਮ ਕਰਦਾ ਆ।
ਗਵਾਹੀਆਂ ਸੁਣੀਆਂ ਕਿ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਅਦਭੁਤ ਕੰਮ ਕੀਤਾ। ਮਤਲਬ ਇਹ ਹੋਇਆ ਕਿ ਪਰਮੇਸ਼ਵਰ ਜੀ ਨੇ ਆਪਣੇ ਦਾਸ ਦੇ ਦੁਆਰਾ ਬੋਲੇ ਹੋਏ ਸ਼ਬਦ ਨੂੰ ਕਾਇਮ ਕਰ ਦਿੱਤਾ। ਹਾਲੇਲੂਇਆ। ਇਸ ਲਈ ਜਿਹੜੇ ਸਪੋਕਨ ਵਰਡਸ ਆ, ਜਿਹੜੇ ਬੋਲੇ ਹੋਏ ਸ਼ਬਦ ਆ, ਉਹਨਾਂ ਨੂੰ ਗ੍ਰਹਿਣ ਕਰਨਾ ਸਿੱਖੋ। ਜਿਹੜੇ ਉਹਨਾਂ ਨੂੰ ਗ੍ਰਹਿਣ ਕਰਨਾ ਸਿੱਖਦੇ ਆ ਉਹ ਵੱਡੀ ਆਸ਼ੀਸ਼ ਲੈ ਲੈਂਦੇ ਆ, ਉਹ ਗਵਾਹੀ ਨਾਲ ਆਉਂਦੇ ਆ। ਪਰ ਜਿਹੜੇ ਕਹਿੰਦੇ ਨਹੀਂ ਜੀ, ਉਹਨਾਂ ਦੀ ਗਵਾਹੀ ਨਹੀਂ ਬਣਦੀ ਜੀ। ਇਹ ਨਹੀਂ ਕਹਿਣਾ ਬੰਦ ਕਰ ਦਿਓ, ਕਿਉਂਕਿ ਪਰਮੇਸ਼ਵਰ ਦੇ ਲਈ ਸਭ ਕੁਝ ਹੋ ਸਕਦਾ ਆ। ਉਹ ਸਭ ਕੁਝ ਕਰਨ ਦੇ ਲਈ ਸਮਰਥੀ ਆ। ਜੋ ਕੁਝ ਸਾਥੋਂ ਨਹੀਂ ਹੋ ਸਕਦਾ ਉਹ ਪਰਮੇਸ਼ਵਰ ਤੋਂ ਹੋ ਸਕਦਾ ਆ। ਜੇਕਰ ਪ੍ਰਭੂ ਯਿਸੂ ਮਸੀਹ ਜੀ ਨੇ ਪਤਰਸ ਨੂੰ ਕਿਹਾ ਆ ਜਾ, ਪ੍ਰਭੂ ਨੂੰ ਪਤਾ ਸੀਗਾ ਕਿ ਪਾਣੀ ਆ, ਸੜਕ ਤੇ ਥੋੜੀ ਮੈਂ ਆਵਾਜ਼ ਮਾਰ ਰਿਹਾ ਪਤਰਸ ਨੂੰ ਪਾਣੀ ਦੇ ਉੱਤੇ, ਤੇ ਪਤਰਸ ਪਾਣੀ ਉੱਤੇ ਨਹੀਂ ਸਪੋਕਨ ਵਰਡ ਦੇ ਉੱਤੇ ਚੱਲਿਆ ਸੀ, ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦ ਦੇ ਉੱਤੇ ਚੱਲਿਆ ਸੀ। ਤਾਂ ਜੇਕਰ ਪਤਰਸ ਪਾਣੀ ਉੱਤੇ ਚੱਲ ਸਕਦਾ ਆ, ਤੁਹਾਡੇ ਘਰ ਦੇ ਵਿੱਚ ਕਲੇਸ਼ ਵੀ ਖਤਮ ਹੋ ਸਕਦਾ, ਤੁਹਾਡੇ ਨਿਆਣੇ ਤੁਹਾਡੇ ਆਦਮੀ ਨਸ਼ਿਆਂ ਤੋਂ ਆਜ਼ਾਦ ਹੋ ਸਕਦੇ ਆ, 19 ਸਾਲ ਬਾਅਦ, 20 ਸਾਲ ਬਾਅਦ, 32 ਸਾਲ ਬਾਅਦ, 37 ਸਾਲ ਬਾਅਦ, 50 ਸਾਲ ਬਾਅਦ ਵੀ ਤੁਹਾਡੇ ਘਰ ਵਿੱਚ ਬੱਚੇ ਪੈਦਾ ਹੋ ਸਕਦੇ। ਆਮੇਨ, ਹਾਲੇਲੂਇਆ। ਪਿਛਲੇ ਤੋਂ ਪਿਛਲੇ ਐਤਵਾਰ ਮੈਨੂੰ ਇੱਕ ਜੋੜਾ ਮਿਲਿਆ, ਔਰ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਅਸੀਂ ਤੁਹਾਨੂੰ ਮਿਲੇ ਸੀਗੇ, ਔਰ ਪਾਸਟਰ ਜੀ ਤੁਸੀਂ ਸਾਨੂੰ ਕਿਹਾ ਸੀਗਾ ਕਿ ਤੁਸੀਂ 40 ਰਾਤਾਂ ਪ੍ਰਾਰਥਨਾ ਕਰੋ, ਤੇ ਅਸੀਂ ਉਦਾਂ ਹੀ ਪ੍ਰਾਰਥਨਾ ਕੀਤੀਆਂ, ਤੇ 19 ਸਾਲ ਬਾਅਦ ਮੇਰੀ ਪਤਨੀ ਗਰਭਵਤੀ ਹੋ ਗਈ ਹੈ। ਵਿਦਆਊਟ ਐਨੀ ਟਰੀਟਮੈਂਟ, ਕਹਿੰਦੇ ਬਹੁਤ ਟਰੀਟਮੈਂਟ ਲੈ ਕੇ ਅਸੀਂ ਥੱਕ ਚੁੱਕੇ ਸੀ, ਹੁਣ ਸਾਡੇ ਕੋਲੇ ਟਰੀਟਮੈਂਟ ਕਰਾਉਣ ਲਈ ਵੀ ਕੋਈ ਪੈਸਾ ਨਹੀਂ ਸੀ, ਔਰ ਨੈਕਸਟ ਮੰਥ ਉਹਦੀ ਡਿਲੀਵਰੀ ਹੋਣ ਵਾਲੀ ਆ। ਹਾਲੇਲੂਇਆ। ਔਰ ਉਹ ਪ੍ਰੇਅਰ ਕਰਵਾਉਣ ਦੇ ਲਈ ਆਏ ਸੀ। ਇਹ ਆ ਜਦੋਂ ਬੋਲੇ ਹੋਏ ਸ਼ਬਦ ਨੂੰ ਕੋਈ ਰਿਸੀਵ ਕਰਦਾ ਹੈ। ਤਰਨ ਤਾਰਨ ਤੋਂ ਇੱਕ ਜੋੜਾ ਮੈਨੂੰ ਆਣ ਕੇ ਮਿਲਿਆ ਸੀ, ਔਰ ਸੇਮ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਤੁਸੀਂ ਮਿਡ ਨਾਈਟ ਪ੍ਰੇਅਰਸ ਸਟਾਰਟ ਕਰੋ, ਤੇ ਉਹ ਵੀ ਥੋੜੇ ਮਹੀਨੇ ਪਹਿਲਾਂ ਮੈਨੂੰ ਮਿਲ ਕੇ ਗਏ, ਤੇ ਉਹਨਾਂ ਨੇ ਵੀ ਦੱਸਿਆ ਕਿ 12 ਸਾਲ ਬਾਅਦ ਉਹਦੀ ਵਾਈਫ ਜਿਹੜੀ ਆ ਉਹ ਗਰਭਧਾਰੀ ਹੋਈ, ਔਰ 2 ਮਹੀਨੇ ਤੱਕ ਉਦੋਂ ਉਹਨਾਂ ਨੇ ਕਿਹਾ ਸੀ ਕਿ ਬੱਚਾ ਪੈਦਾ ਹੋਣ ਵਾਲਾ ਹੈ। ਜਦੋਂ ਅਸੀਂ ਸ਼ਬਦਾਂ ਨੂੰ ਗ੍ਰਹਿਣ ਕਰਦੇ ਹਾਂ ਤਾਂ ਸ਼ਬਦ ਨੇ ਪੂਰਾ ਹੋਣਾ ਹੀ ਆ, ਕਿਉਂਕਿ ਸ਼ਬਦ ਮਰਦਾ ਨਹੀਂ। ਔਰ ਖਾਸ ਤੌਰ ਤੇ ਉਹ ਸ਼ਬਦ ਜਿਹੜਾ ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖ ਕੇ ਬੋਲਿਆ ਜਾਂਦਾ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਬੋਲਿਆ ਜਾਂਦਾ, ਉਹ ਸ਼ਬਦ ਕਦੀ ਨਹੀਂ ਮਰਦਾ। ਇਸ ਲਈ ਆਪਣੇ ਸ਼ਬਦਾਂ ਉੱਤੇ, ਖਾਸ ਤੌਰ ਤੇ ਜਿਹੜੇ ਯਿਸੂ ਨਾਮ 'ਚ ਬੋਲੇ ਜਾਂਦੇ ਸ਼ਬਦ ਉਹਨਾਂ ਉੱਤੇ, ਔਰ ਜੋ ਸ਼ਬਦ ਪਰਮੇਸ਼ਵਰ ਦੇ ਵਚਨ ਵਿੱਚ ਲਿਖੇ ਉਹਨਾਂ ਸ਼ਬਦਾਂ ਦੇ ਉੱਤੇ ਭਰੋਸਾ ਕਰਨਾ ਤੇ ਗੌਰ ਕਰਨਾ ਸਿੱਖੋ ਕਿ ਉਹ ਸ਼ਬਦ ਸਾਨੂੰ ਕੀ ਕਹਿ ਰਹੇ ਨੇ। ਹਾਲੇਲੂਇਆ। ਕਿਉਂਕਿ ਜੇ ਤੁਹਾਡੇ ਸ਼ਬਦ ਠੀਕ ਆ ਫਿਰ ਸਭ ਕੁਛ ਹੀ ਠੀਕ ਹੈ। ਆਓ ਅਸੀਂ ਦੇਖਦੇ ਹਾਂ ਕਹਾਉਤਾਂ ਦੀ ਕਿਤਾਬ, ਉਹਦਾ 30 ਨੰਬਰ ਅਧਿਆਇ ਤੇ ਉਹਦੀ 32 ਨੰਬਰ ਪੰਕਤੀ ਵਿੱਚ ਏਦਾਂ ਲਿਖਿਆ ਆ, ਕਹਿੰਦਾ ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਿਆ ਕੀਤਾ ਹੈ ਅਥਵਾ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ। ਸੋ ਵਚਨ ਕੀ ਦੱਸਦਾ, ਜੇ ਤੇਰੇ ਮਨ ਵਿੱਚ ਕੋਈ ਗਲਤ ਵਿਚਾਰ ਆ ਗਿਆ ਆ ਪਰ ਉਹਨੂੰ ਤੂੰ ਕਹਿੰਦਾ ਹੁਣ ਆਪਣੇ ਮੂੰਹ ਤੋਂ ਨਾ ਬੋਲ ਦਵੀਂ, ਆਪਣੇ ਮੂੰਹ ਉੱਤੇ ਹੱਥ ਰੱਖ ਲਾ, ਕਿਉਂਕਿ ਪਹਿਲਾਂ ਵਿਚਾਰ ਸਾਡੇ ਮਨ ਵਿੱਚ ਆਉਂਦਾ, ਮਤਾ ਜਿਹੜਾ ਹੈ ਨਾ ਪਹਿਲਾਂ ਵਿਉਂਤ ਇਨਸਾਨ ਆਪਣੇ ਅੰਦਰ ਬਣਾਉਂਦਾ ਹੈ। ਔਰ ਵਚਨ ਇੱਥੇ ਕੀ ਕਹਿੰਦਾ, ਜੇ ਤੂੰ ਕੋਈ ਬੁਰਾ ਮਤਾ ਪਕਾਇਆ ਆ ਤਾਂ ਕੀ ਕਰ,
ਤੇਰੇ ਜੀਵਨ ਵਿੱਚ ਗਲਤ ਹੋ ਜਾਣਾ ਆ। ਅਗਰ ਵੈਰੀ ਤੁਹਾਡੇ ਮਨ ਵਿੱਚ ਇਹ ਚੀਜ਼ ਪਾਉਂਦਾ ਆ ਕਿ ਤੂੰ ਬਿਮਾਰ ਆ, ਤੁਸੀਂ ਆਪਣੇ ਮੂੰਹ ਉੱਤੇ ਹੱਥ ਰੱਖ ਲੈਣਾ, ਤੁਸੀਂ ਨਹੀਂ ਕਹਿਣਾ ਮੈਂ ਬਿਮਾਰ ਆ। ਵੈਰੀ ਹਮੇਸ਼ਾ ਉਡੀਕਦਾ ਆ ਕਿ ਤੁਸੀਂ ਮੂੰਹ ਖੋਲੋ ਤੇ ਤੁਹਾਡੇ ਸ਼ਬਦਾਂ ਨੂੰ ਲੈ ਕੇ ਉਹ ਤੁਹਾਡੇ ਵਿਰੁੱਧ ਜ਼ੋਰ ਮਾਰੇ। ਵਚਨ ਚ ਲਿਖਿਆ ਉਹ ਬੁੱਕ ਦੇ ਸ਼ੀ ਮਾਂਗ ਭੱਜਾ ਫਿਰਦਾ ਆ ਕਿ ਮੌਕਾ ਮਿਲੇ ਤੇ ਪਾੜ ਖਾਵਾਂ। ਉਹ ਮੌਕਾ ਕਦੋਂ ਉਹਨੂੰ ਮਿਲਦਾ ਆ? ਜਦੋਂ ਅਸੀਂ ਮੂੰਹ ਖੋਲਦੇ ਤੇ ਗਲਤ ਬੋਲ ਦਿੰਦੇ ਹਾਂ, ਜਦੋਂ ਅਸੀਂ ਜਿਹੜੇ ਸਪੋਕਨ ਵਰਡਸ ਆ, ਜਿਹੜੇ ਪਰਮੇਸ਼ਵਰ ਦੁਆਰਾ ਬੋਲੇ ਹੋਏ ਸ਼ਬਦ ਆ, ਜਦੋਂ ਅਸੀਂ ਉਹਨਾਂ ਸ਼ਬਦਾਂ ਦੇ ਵਿਰੁੱਧ ਕੰਮ ਕਰਦੇ, ਅਸੀਂ ਵੈਰੀ ਨੂੰ ਮੌਕਾ ਦਿੰਦੇ। ਜਦੋਂ ਆਪ ਗਲਤ ਸ਼ਬਦ ਬੋਲਦੇ ਉਦੋਂ ਅਸੀਂ ਵੈਰੀ ਨੂੰ ਮੌਕਾ ਦਿੰਦੇ। ਤੁਸੀਂ ਦੇਖੋ ਜਦੋਂ ਆਦਮ ਤੇ ਹਵਾ ਦੇ ਕੋਲ ਸ਼ੈਤਾਨ ਆਇਆ, ਉਹਨੇ ਐਗਰੀਮੈਂਟ ਲੈਣਾ ਚਾਹਿਆ ਉਹਨਾਂ ਦੇ ਕੋਲੋਂ, ਉਹਨਾਂ ਦੇ ਮੂੰਹ ਤੋਂ ਸ਼ਬਦ ਕਢਾਇਆ। ਉਹਨੂੰ ਮੁੜ ਮੁੜ ਕੇ ਪੁੱਛਦਾ ਆ, ਕਹਿੰਦਾ ਕੀ ਤੈਨੂੰ ਇਦਾਂ ਕਿਹਾ ਆ? ਕੀ ਤੁਹਾਨੂੰ ਕਿਸੇ ਰੁੱਖ ਤੋਂ ਖਾਣ ਨੂੰ ਮਨਾ ਕੀਤਾ ਆ? ਕੀ ਤੈਨੂੰ ਕਿਹਾ ਆ ਵੀ ਸਾਰਿਆਂ ਤੋਂ ਖਾਇਓ? ਕੀ ਤੁਹਾਨੂੰ ਕਿਹਾ ਆ ਕਿਤੇ ਮਰ ਨਾ ਜਾਇਓ? ਉਹ ਐਗਰੀਮੈਂਟ ਲੈਣਾ ਚਾਹੁੰਦਾ ਸੀਗਾ। ਉਹ ਸਾਡੇ ਨਾਲ ਵੀ ਇਦਾਂ ਹੀ ਗੱਲਾਂ ਕਰਦਾ ਆ, ਘੁਮਾ ਘੁਮਾ ਕੇ ਤੁਹਾਡੇ ਵਿਚਾਰ ਲਿਆਉਂਦਾ ਆ ਉਹ ਅੰਦਰ। ਜੇ ਤੁਸੀਂ ਆਪਣੇ ਵਿਚਾਰਾਂ ਦੇ ਨਾਲ, ਜਿਹੜੇ ਵਿਚਾਰ ਪਰਮੇਸ਼ਵਰ ਦੇ ਵਿਚਾਰਾਂ ਦੇ ਵਿਰੋਧ ਆ, ਤੁਸੀਂ ਐਗਰੀਮੈਂਟ ਦੇ ਦਿੱਤਾ, ਤੁਸੀਂ ਸਵੀਕਾਰ ਕਰ ਲਿਆ, ਤੁਸੀਂ ਹਾਂ ਕਰ ਦਿੱਤੀ, ਸਮਝ ਲਓ ਤੁਸੀਂ ਆਪਣੇ ਜੀਵਨ ਦੇ ਵਿੱਚ ਬਿਪਤਾ ਦਾ ਬੂਹਾ ਖੋਲ ਲਿਆ ਹੈ। ਇਸ ਲਈ ਜੇਕਰ ਤੁਹਾਡੇ ਅੰਦਰ ਕੋਈ ਗਲਤ ਵਿਚਾਰ ਚੱਲ ਰਿਹਾ ਆ, ਉਸ ਵਿਚਾਰ ਨੂੰ ਮੂੰਹ ਤੇ ਨਹੀਂ ਲੈ ਕੇ ਆਉਣਾ, ਸਗੋਂ ਉਸ ਵਿਚਾਰ ਨੂੰ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਣਾ। ਵੈਰੀ ਦੀ ਕੋਸ਼ਿਸ਼ ਆ ਉਹ ਵਿਚਾਰਾਂ ਦੇ ਦੁਆਰਾ ਤੁਹਾਡੇ ਨਾਲ ਹਮਲਾ ਕਰੇ, ਪਰ ਪਰਮੇਸ਼ਵਰ ਚਾਹੁੰਦੇ ਆ ਕਿ ਤੁਸੀਂ ਉਹਦੇ ਤੋਂ ਬਚੋ ਤੇ ਪਰਮੇਸ਼ਵਰ ਦੇ ਵਿਚਾਰਾਂ ਤੇ ਗੌਰ ਕਰੋ। ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਮਿਲੇ, ਤੁਹਾਡੀ ਹਰ ਪ੍ਰਾਰਥਨਾ ਦਾ ਉੱਤਰ ਮਿਲੇ, ਤਾਂ ਪਰਮੇਸ਼ਵਰ ਦਾ ਵਚਨ ਪੜ੍ਹਨਾ ਸ਼ੁਰੂ ਕਰੋ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੜੋਗੇ, ਤੁਸੀਂ ਆਸ਼ੀਸ਼ ਪਾਓਗੇ, ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਆਊਗਾ। ਉਹਨਾਂ ਦੇ ਹੀ ਵਿਚਾਰ ਗਲਤ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਵਿਚਾਰਾਂ ਨੂੰ ਨਹੀਂ ਜਾਣਦੇ। ਤੁਹਾਡੇ ਜੀਵਨ ਵਿੱਚ ਬਿਮਾਰੀ ਆਵੇ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ। ਤੁਹਾਡੇ ਜੀਵਨ ਦੇ ਵਿੱਚ ਦੁੱਖ ਆਉਣ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ। ਤੁਸੀਂ ਗਰੀਬ ਹੋਵੋ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ। ਤੁਸੀਂ ਬੇ ਔਲਾਦ ਰਹੋ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ। ਫਿਰ ਇਹ ਕਿਹਦੀ ਇੱਛਾ ਆ? ਇਹ ਤੁਹਾਡੇ ਸ਼ਬਦਾਂ ਦਾ ਕਰਕੇ ਤੇ ਤੁਹਾਡੇ ਵਿਚਾਰਾਂ ਦਾ ਕਰਕੇ, ਕਿਉਂਕਿ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਲਿਖਿਆ ਹੋਇਆ ਯਰਮੀਆ ਦੀ ਕਿਤਾਬ ਦੇ ਵਿੱਚ, ਕਹਿੰਦਾ ਉਹ ਸੋਚਾਂ ਜੋ ਮੈਂ ਤੁਹਾਡੇ ਵਿਖੇ ਸੋਚਦਾ ਹਾਂ, ਕਹਿੰਦਾ ਯਹੋਵਾ ਦਾ ਵਾਕ ਆ, ਉਹ ਸੋਚਾਂ ਜੋ ਮੈਂ ਤੁਹਾਡੇ ਵਿਖੇ ਸੋਚਦਾ ਹਾਂ ਉਹ ਚੰਗੀਆਂ ਆ, ਬੁਰੀਆਂ ਨਹੀਂ, ਉਹ ਲਾਭ ਦੀਆਂ ਆ, ਹਾਨੀ ਦੀਆਂ ਨਹੀਂ, ਜਿਹੜੀਆਂ ਤੁਹਾਨੂੰ ਛੇਕੜ ਨੂੰ ਵੀ ਆਸ ਦਵਾਉਂਦੀਆਂ ਆ, ਤੁਹਾਡੇ ਭਵਿੱਖ ਦੀ ਵੀ ਚੰਗਿਆਈ ਵਾਲੀਆਂ ਆ। ਉਹ ਸੋਚਾਂ ਜਿਹੜੀਆਂ ਪਰਮੇਸ਼ਵਰ ਸਾਡੇ ਵਿਖੇ ਸੋਚਦੇ ਆ, ਪ੍ਰਭੂ ਜੀ ਸੋਚਦੇ ਆ, ਉਹ ਤਾਂ ਫਾਇਦੇ ਦੀਆਂ ਆ, ਪਰ ਅਸੀਂ ਜਦੋਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ ਉੱਥੇ ਸਾਡਾ ਨੁਕਸਾਨ ਹੁੰਦਾ ਆ। ਪਰਮੇਸ਼ਵਰ ਸਾਡੇ ਲਈ ਬੁਰੀਆਂ ਸੋਚਾਂ ਨਹੀਂ ਸੋਚਦੇ,
ਉਹਨੇ ਸਾਡੇ ਲਈ ਚੰਗੀਆਂ ਸੋਚਾਂ ਸੋਚੀਆਂ ਆ, ਅਸੀਂ ਆਪਣੇ ਲਈ ਬੁਰੀਆਂ ਸੋਚਾਂ ਸੋਚਦੇ ਹਾਂ, ਅਸੀਂ ਆਪਣੇ ਬੱਚਿਆਂ ਲਈ ਬੁਰਾ ਸੋਚਦੇ ਹਾਂ। ਬਿਮਾਰੀ ਦੀਆਂ ਸੋਚਾਂ ਪਰਮੇਸ਼ਵਰ ਨੇ ਨਹੀਂ ਸੋਚੀਆਂ, ਬਿਮਾਰੀ ਦੀਆਂ ਸੋਚਾਂ ਤੁਹਾਡੀਆਂ ਆ। ਕਿਤੇ ਮੈਨੂੰ ਇਉਂ ਨਾ ਹੋ ਜੇ, ਦੋ ਤਿੰਨ ਦਿਨ ਔਰਤ ਦੇ ਪੇਟ ਵਿੱਚ ਦਰਦ ਹੋ ਜੇ ਤੇ ਉਹਨੂੰ ਲੱਗਦਾ ਕਿਤੇ ਮੈਨੂੰ ਯੂਟਰਸ ਦੀ ਕੈਂਸਰ ਹੀ ਨਾ ਹੋਵੇ, ਦੋ ਤਿੰਨ ਦਿਨ ਛਾਤੀ ਵਿੱਚ ਦਰਦ ਹੋ ਜੇ ਤੇ ਉਹਨੇ ਕਹਿਣਾ ਕਿਤੇ ਮੈਨੂੰ ਬ੍ਰੈਸਟ ਦੀ ਕੈਂਸਰ ਨਾ ਹੋਵੇ। ਸੇਮ ਤਰੀਕੇ ਨਾਲ ਭਰਾਵਾਂ ਦੇ ਵਿੱਚ ਵੀ ਇਦਾਂ ਹੀ ਆ, ਦੋ ਤਿੰਨ ਦਿਨ ਸਿਰ ਲਗਾਤਾਰ ਦੁੱਖ ਗਿਆ ਤੇ ਉਹਨੇ ਕਹਿਣਾ ਮੈਨੂੰ ਸਰਵਾਈਕਲ ਆ, ਮਾਈਗ੍ਰੇਨ ਆ, ਹੋਰ ਕੋਈ ਪ੍ਰੋਬਲਮ, ਗੰਭੀਰ ਸਮੱਸਿਆਵਾਂ ਮੇਰੇ ਢਿੱਡ ਵਿੱਚ ਕਰਿਆ, ਅਲਸਰ ਬਣ ਗਿਆ ਆ। ਇਹ ਸੋਚਾਂ ਤੁਸੀਂ ਸੋਚ ਰਹੇ ਆ, ਪਰਮੇਸ਼ਵਰ ਨਹੀਂ। ਤੁਸੀਂ ਸੋਚਦੇ ਆ ਖਰਿਆ ਸਾਡੇ ਨਿਆਣਿਆਂ ਦੇ ਵਿਆਹ ਚੰਗੇ ਘਰਾਂ ਵਿੱਚ ਨਹੀਂ ਹੋਣੇ, ਇਹ ਕੌਣ ਸੋਚ ਰਿਹਾ ਆ? ਤੁਸੀਂ ਖਰਿਆ ਸਾਡਾ ਘਰ ਬਣਨਾ ਹੀ ਨਹੀਂ, ਇਹ ਕੌਣ ਸੋਚ ਰਿਹਾ ਆ? ਤੁਸੀਂ ਖਰਿਆ ਮੈਥੋਂ ਮੇਰੇ ਨਿਆਣਿਆਂ ਦੀ ਫੀਸ ਨਹੀਂ ਦੇ ਹੋਣੀ, ਇਹ ਕੌਣ ਸੋਚ ਰਿਹਾ ਆ? ਤੁਸੀਂ ਔਰ ਜੋ ਸੋਚਾਂ ਤੁਸੀਂ ਸੋਚਦੇ ਆ ਫਿਰ ਤੁਸੀਂ ਉਹਨਾਂ ਨੂੰ ਬੋਲ ਵੀ ਦਿੰਦੇ, ਆਪਣੀਆਂ ਸੋਚਾਂ ਨੂੰ ਤੁਸੀਂ ਡਿਕਲੇਅਰ ਵੀ ਕਰ ਦਿੰਦੇ, ਔਰ ਫਿਰ ਉਹ ਇਸ ਬ੍ਰਹਿਮੰਡ ਦੇ ਵਿੱਚ ਘੁੰਮਣ ਲੱਗ ਜਾਂਦੀਆਂ ਤੇ ਐਕਟੀਵੇਟ ਹੋ ਜਾਂਦੀਆਂ। ਪਰ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ। ਤੁਸੀਂ ਕਈ ਵਾਰੀ ਓਕੇ ਇੱਥੇ ਆਪਾਂ ਇੰਨੇ ਜਾਣੇ ਬੈਠੇ ਆ, ਫਿਰ ਜੇ ਰੱਖ ਲਓ ਕਿ 10 ਲੋਕੀ ਬੈਠੇ ਆ, ਕਿਸੇ ਨੇ ਆਣ ਕੇ ਇੱਕ ਸ਼ਬਦ ਬੋਲਿਆ, ਇੱਕ ਗੱਲ ਕੀਤੀ, ਤੁਹਾਡਾ ਨਿਆਣਾ ਮੈਂ ਗਲੀ 'ਚ ਵੇਖਿਆ ਸੀ, ਉਹਨੇ ਬਸ ਇੰਨਾ ਹੀ ਕਿਹਾ, ਤੁਹਾਡਾ ਨਿਆਣਾ ਮੈਂ ਗਲੀ ਵਿੱਚ ਵੇਖਿਆ ਸੀ, ਹੋਰ ਉਹਨੇ ਕੁਛ ਨਹੀਂ ਕਿਹਾ। ਇੱਕ ਨੇ ਇਦਾਂ ਸੁਣਿਆ, ਮੇਰਾ ਨਿਆਣਾ ਗਲੀ ਵਿੱਚ, ਜੇ ਉਹਨੂੰ ਕੋਈ ਚੱਕ ਕੇ ਲੈ ਗਿਆ। ਦੂਏ ਨੂੰ ਕੀ ਸੁਣਿਆ, ਮੇਰਾ ਨਿਆਣਾ ਗਲੀ ਵਿੱਚ, ਜੇ ਕੋਈ ਗੱਡੀ ਮਾਰ ਗਿਆ। ਮੇਰਾ ਨਿਆਣਾ ਗਲੀ ਵਿੱਚ, ਜੇ ਕੁੱਤਾ ਪੈ ਗਿਆ ਉਹਨੂੰ। ਪਰ ਉਹਨੇ ਇਦਾਂ ਨਹੀਂ ਬੋਲਿਆ, ਨਾ ਉਹਨੇ ਐਕਸੀਡੈਂਟ ਬੋਲਿਆ, ਨਾ ਉਹਨੇ ਕਿਡਨੈਪਿੰਗ ਬੋਲੀ, ਨਾ ਉਹਨੇ ਕੋਈ ਨੁਕਸਾਨ ਬੋਲਿਆ। ਉਹਨੇ ਕੀ ਬੋਲਿਆ ਸੀ, ਤੁਹਾਡਾ ਨਿਆਣਾ ਗਲੀ ਵਿੱਚ। ਪਰ ਵੱਖ ਵੱਖ ਕਿਉਂ ਸੁਣਿਆ? ਕਿਉਂਕਿ ਅਸੀਂ ਸਿਰਫ ਇਹਨਾਂ ਕੰਨਾਂ ਨਾਲ ਹੀ ਨਹੀਂ ਸੁਣਦੇ, ਇਸ ਤੋਂ ਜ਼ਿਆਦਾ ਅਸੀਂ ਮਨ ਦੇ ਕੰਨਾਂ ਨਾਲ ਸੁਣਦੇ ਹਾਂ। ਅਰ ਵਚਨ ਵਿੱਚ ਲਿਖਿਆ ਆ, ਨੇਜਾ ਸੁਣਨ ਦੇ ਨਾਲ ਆਉਂਦੀ ਹੈ। ਜੋ ਤੁਹਾਡਾ ਮਨ ਸੁਣਦਾ ਹੈ, ਇਹਨਾਂ ਕੰਨਾਂ ਨੇ ਤਾਂ ਇੰਨਾ ਹੀ ਸੁਣਿਆ ਸੀ ਕਿ ਬੱਚਾ ਗਲੀ ਵਿੱਚ ਆ, ਬਾਕੀ ਤੇ ਜੋ ਸੁਣਿਆ ਮਨ ਦੇ ਕੰਨਾਂ ਨੇ ਸੁਣਿਆ। ਮਨ ਨੇ ਸੁਣਿਆ ਐਕਸੀਡੈਂਟ, ਮਨ ਨੇ ਸੁਣਿਆ ਕਿਡਨੈਪਿੰਗ, ਮਨ ਨੇ ਸੁਣਿਆ ਕਿ ਜਾਨਵਰ ਨੇ ਨੁਕਸਾਨ ਕਰ ਦਿੱਤਾ, ਪਰ ਬੋਲਿਆ ਤੇ ਸਿਰਫ ਇੰਨਾ ਹੀ ਗਿਆ ਸੀ ਕਿ ਬੱਚਾ ਗਲੀ ਵਿੱਚ। ਪਰ ਉੱਥੇ ਇੱਕ ਚੰਗੇ ਮਨ ਵਾਲਾ ਵਿਅਕਤੀ ਵੀ ਬੈਠਾ ਸੀ ਤੇ ਉਹਨੇ ਸੁਣਿਆ ਬਸ ਗਲੀ ਦੇ ਵਿੱਚ, ਤੇ ਉਹਨੇ ਉਹਦੇ ਮਨ ਨੇ ਕੀ ਕਿਹਾ, ਆਰਾਮ ਨਾਲ ਜਾ, ਸਵਰਗਦੂਤ ਹੈਗੇ ਉਹਦੇ ਨਾਲ, ਜਾ ਕੇ ਲੈ ਆ, ਕੁਛ ਨਹੀਂ ਹੋਣਾ ਤੇਰੇ ਨਿਆਣੇ ਨੂੰ। ਸਾਰਿਆਂ ਦੇ ਮਨ ਵੱਖ ਵੱਖ ਸੁਣਦੇ, ਇਸੇ ਲਈ ਸਾਰਿਆਂ ਦੀ ਪ੍ਰਾਰਥਨਾ ਦਾ ਰਿਜ਼ਲਟ ਵੱਖ ਵੱਖ ਆਉਂਦਾ ਹੈ। ਜਦੋਂ ਇੱਥੋਂ ਬਰਕਤ ਬੋਲੀ ਜਾਂਦੀ ਆ, ਸ਼ਿਫਾ ਦੀ ਪ੍ਰਾਰਥਨਾ ਕੀਤੀ ਜਾਂਦੀ, ਪਾਸਟਰ ਜੀ ਤਾਂ ਇੱਦਾਂ ਹੀ ਕਹਿੰਦੇ ਨਾ, ਹਰ ਬੁਖਾਰ ਛੱਡ ਕੇ ਚੱਲਿਆ ਜਾਏ, ਹਰ ਦੁਸ਼ਟ ਆਤਮਾ ਨਿਕਲ ਜਾਏ, ਅੱਜ ਹਰ ਉਹ ਵਿਅਕਤੀ ਜੋ ਪਰਮੇਸ਼ਵਰ ਦੇ ਘਰ ਵਿੱਚ ਆਇਆ ਬਰਕਤ ਪਾਵੇ, ਇਹੀ ਬੋਲਿਆ ਜਾਂਦਾ ਨਾ। ਪਰ ਹਰ ਇੱਕ ਦੀ ਗਵਾਹੀ ਕਿਉਂ ਨਹੀਂ ਆ ਰਹੀ? ਕਿਉਂਕਿ ਹਰ ਇੱਕ ਮਨ ਸੁਣ ਨਹੀਂ ਰਿਹਾ ਉਸ ਤਰੀਕੇ ਨਾਲ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੁਣਿਆ, ਜਿਨ੍ਹਾਂ ਦੇ ਮਨ ਨੇ ਰਿਸੀਵ ਕਰ ਲਿਆ। ਬਹੁਤ ਸਾਰੇ ਭੈਣ ਭਰਾ ਆਫਟਰ ਮੀਟਿੰਗ ਜਦੋਂ ਸਾਨੂੰ ਮਿਲਦੇ ਆ, ਉਹ ਸੇਮ ਉਹ ਖਾਸ ਵਿਸ਼ਾ ਜਿਸ ਵਿਸ਼ੇ ਨੂੰ ਰੱਖ ਕੇ ਪ੍ਰਾਰਥਨਾ ਕੀਤੀ ਗਈ ਹੁੰਦੀ, ਉਸੇ ਵਿਸ਼ੇ ਨੂੰ ਲੈ ਕੇ ਫਿਰ ਤੋਂ ਕਹਿਣਗੇ, ਪਾਸਟਰ ਜੀ ਪ੍ਰਾਰਥਨਾ ਕਰੋ। ਔਰ ਉਹਨਾਂ ਨੂੰ ਪੁੱਛਿਆ ਜਾਂਦਾ, ਤੁਹਾਨੂੰ ਪਤਾ ਅੱਜ ਉੱਥੇ ਭਲਾ ਪ੍ਰਾਰਥਨਾ ਹੋਈ ਸੀ ਕਿ ਨਹੀਂ? ਤੇ ਉਹ ਸੋਚਾਂ 'ਚ ਪੈ ਜਾਂਦੇ ਆ ਕਿ ਇਸ ਵਿਸ਼ੇ ਤੇ ਪ੍ਰਾਰਥਨਾ ਹੋਈ ਸੀ, ਕਿਉਂਕਿ ਉਹਨਾਂ ਨੇ ਸੁਣਿਆ ਹੀ ਨਹੀਂ, ਉਹਨਾਂ ਨੇ ਗੌਰ ਹੀ ਨਹੀਂ ਕੀਤਾ। ਤਾੜੀਆਂ ਵੀ ਵਜਾ ਰਹੇ ਸੀ, ਸਪੀਕਰ ਉਹਨਾਂ ਲਈ ਵੀ ਉਹੀ ਚੱਲ ਰਹੇ
ਰਹੇ ਸੀ, ਸੁਣਨ ਵਾਲਿਆਂ ਲਈ ਵੀ ਉਹੀ ਚੱਲ ਰਹੇ ਸੀ, ਪਾਸਟਰ ਜੀ ਸਭ ਲਈ ਬੋਲ ਰਹੇ ਸੀ, ਪਰ ਉਹਨੇ ਸੁਣਿਆ ਨਹੀਂ। ਇਸ ਲਈ ਜਿਹਨੇ ਸੁਣਿਆ ਨਹੀਂ ਉਹਦੇ ਜੀਵਨ ਵਿੱਚ ਫਿਰ ਕੰਮ ਕਿੱਦਾਂ ਹੋਊਗਾ? ਸੁਣਨਾ ਜ਼ਰੂਰੀ ਆ। ਜਦ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਣਾ, ਆਪਣੇ ਸਰੀਰਕ ਤੇ ਮਨ ਦੇ ਕੰਨਾਂ ਨੂੰ ਖੁੱਲੇ ਰੱਖੋ, ਔਰ ਜੋ ਸ਼ਬਦ ਮੰਚ ਤੋਂ ਬੋਲੇ ਜਾਣ ਉਹਨਾਂ ਸ਼ਬਦਾਂ ਨੂੰ ਗੌਰ ਨਾਲ ਸੁਣੋ, ਫਿਰ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਰੱਖ ਲਵੋ ਤੇ ਫਿਰ ਉਹਨਾਂ ਨੂੰ ਮੈਨੀਫੈਸਟ ਕਰਦੇ ਰਹੋ। ਤੁਸੀਂ ਦੇਖਿਓ ਉਹ ਪੂਰੇ ਹੋਣੇ ਹੀ ਹੋਣੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਆਓ ਆਪਾਂ ਦੇਖਦੇ ਹਾਂ ਮਰਕਸ ਦੀ ਕਿਤਾਬ, ਬੁੱਕ ਆਫ ਮਾਰਕ ਚੈਪਟਰ ਨੰਬਰ 4 ਵਰਸ 24, ਮਰਕਸ ਦੀ ਕਿਤਾਬ 4 ਅਧਿਆਇ ਉਹਦਾ 24 ਨੰਬਰ ਆਇਤ। ਫਿਰ ਉਸਨੇ ਉਹਨਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕੀ? ਕਿਹਾ ਚੌਕਸ ਰਹੋ ਜੋ ਕੀ ਸੁਣਦੇ ਹੋ। ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੇਕ ਦਿੱਤਾ ਜਾਵੇਗਾ। ਤੁਹਾਨੂੰ ਪਤਾ ਇਹ ਮਿਣਨਾ ਕਿਹੜੀ ਗੱਲ ਬਾਰੇ ਆ? ਇਹ ਪੈਸਿਆਂ ਬਾਰੇ ਨਹੀਂ ਆ, ਨਾ ਸੌਦੇ ਪੱਤੇ ਦੇ ਬਾਰੇ ਵਿੱਚ, ਇਹ ਤੁਹਾਡੇ ਬਲੀਵ ਦੇ ਬਾਰੇ ਵਿੱਚ, ਤੁਹਾਡੀ ਫੇਥ ਦੇ ਬਾਰੇ ਦੇ ਵਿੱਚ। ਇੱਥੇ ਪ੍ਰਭੂ ਯਿਸੂ ਮਸੀਹ ਕਹਿ ਰਹੇ ਆ, ਕਹਿੰਦਾ ਉਹਨੇ ਕਿਹਾ ਚੌਕਸ ਰਹੋ ਜੋ ਕੀ ਸੁਣਦੇ ਹੋ। ਜਿੱਦਾਂ ਅਸੀਂ ਪਹਿਲਾਂ ਹੀ ਗੱਲ ਕੀਤੀ ਕਿ ਬੋਲਿਆ ਕੀ ਗਿਆ ਸੀ, ਤੁਹਾਡਾ ਬੱਚਾ ਗਲੀ ਵਿੱਚ ਆ। ਚੌਕਸ ਰਹੋ ਕਿ ਸੁਣਿਆ ਕੀ ਕੀ? ਇੰਨਾ ਹੀ ਸੁਣਨਾ ਚਾਹੀਦਾ ਸੀ ਕਿ ਬੱਚਾ ਗਲੀ ਦੇ ਵਿੱਚ। ਵਚਨ ਦੱਸਦਾ ਆ ਚੌਕਸ ਰਹੋ ਜੋ ਕੀ ਸੁਣਦੇ ਹੋ। ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਏਗਾ, ਅਰਥਾਤ ਜੋ ਸੁਣਨ ਦੇ ਬਾਅਦ ਤੁਹਾਡੇ ਮਨ ਵਿੱਚ ਵਿਚਾਰ ਆਇਆ ਉਸ ਵਿਚਾਰ ਦੇ ਅਨੁਸਾਰ ਰਿਜ਼ਲਟ ਆਉਣਾ ਹੈ। ਕਈ ਵਾਰੀ ਤੁਸੀਂ ਕਿਸੇ ਨੂੰ ਤੱਕ ਕੇ ਬੁਰੀ ਗੱਲ ਕਹੀ ਨਹੀਂ ਹੁੰਦੀ, ਤੁਸੀਂ ਠੀਕ ਤਰੀਕੇ ਨਾਲ ਕਹਿ ਰਹੇ ਹੁੰਦੇ ਆ, ਪਰ ਅਗਲਾ ਉਸ ਗੱਲ ਨੂੰ ਗਲਤ ਪੁੱਠੀ ਪਾ ਲੈਂਦਾ ਹੈ ਗੱਲ ਨੂੰ। ਔਰ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਖਿੱਚ ਕੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਹਿੰਦੇ, ਮੇਰਾ ਤੇ ਭੋਰਾ ਵੀ ਮਤਲਬ ਨਹੀਂ ਸੀ ਆਹ ਗੱਲ ਕਹਿਣ ਦਾ, ਮੈਂ ਤਾਂ ਸੋਚਿਆ ਵੀ ਨਹੀਂ ਸੀ। ਤੂੰ ਇਸ ਗੱਲ ਨੂੰ ਪੁੱਠਾ ਪਾ ਲਿਆ, ਸ਼ਬਦ ਗਲਤ ਨਹੀਂ ਸੀ, ਸਮਝ ਗਲਤ ਸੀ, ਨਾ ਬੋਲਣ ਵਾਲੇ ਦੀ ਸਮਝ ਵੀ ਠੀਕ ਸੀ ਤੇ ਸ਼ਬਦ ਵੀ ਠੀਕ ਸੀ। ਪਰ ਕਈ ਵਾਰੀ ਬੋਲਣ ਵਾਲੇ ਦੇ ਸ਼ਬਦ ਠੀਕ ਹੁੰਦੇ ਆ ਪਰ ਉਹ ਇੰਟੈਂਸ਼ਨ ਗਲਤ ਦੇ ਨਾਲ ਹੀ ਬੋਲ ਰਿਹਾ ਹੁੰਦਾ, ਲਾ ਕੇ ਗੱਲ ਕਰ ਰਿਹਾ ਹੁੰਦਾ। ਇਸ ਲਈ ਵਚਨ ਦੇ ਵਿੱਚ ਲਿਖਿਆ ਕਹਿੰਦਾ ਚੌਕਸ ਰਹੋ ਜੋ ਕੀ ਸੁਣਦੇ ਹੋ। ਅਗਰ ਤੁਸੀਂ ਜੋ ਸੁਣ ਰਹੇ ਹੋ ਉਹਦਾ ਅਰਥ ਤੁਸੀਂ ਠੀਕ ਸਮਝੋਗੇ ਤੇ ਤੁਹਾਡਾ ਰਿਜ਼ਲਟ ਠੀਕ ਆਏਗਾ, ਤੁਹਾਡੀ ਪ੍ਰਾਰਥਨਾ ਦਾ ਉੱਤਰ ਠੀਕ ਆਏਗਾ। ਪਰ ਜੇਕਰ ਤੁਸੀਂ ਉਹਦਾ ਅਰਥ ਗਲਤ ਸਮਝੋਗੇ ਤਾਂ ਤੁਹਾਡਾ ਅਰਥ ਗਲਤ ਆਏਗਾ। ਜਿਵੇਂ ਕਿਸੇ ਨੂੰ ਫੋਨ ਆਇਆ ਤੇ ਉਹਨੂੰ ਕਿਹਾ ਗਿਆ ਕਿ ਫਲਾਣੇ ਦਾ ਐਕਸੀਡੈਂਟ ਹੋ ਗਿਆ, ਉਹਨੇ ਉਦੋਂ ਹੀ ਪਿੱਟਣਾ ਸ਼ੁਰੂ ਕਰ ਦਿੱਤਾ, ਮੈਨੂੰ ਪਤਾ ਆ ਉਹ ਪੱਕਾ ਮਰ ਗਿਆ ਹੈ। ਪਰ ਉਹਨੂੰ ਇਦਾਂ ਕਿਹਾ ਨਹੀਂ ਗਿਆ ਸੀ, ਕਿਹਾ ਕੀ ਗਿਆ ਸੀਗਾ? ਐਕਸੀਡੈਂਟ। ਬਹੁਤ ਵਾਰੀ ਐਕਸੀਡੈਂਟ 'ਚ ਸਿਰਫ ਗੱਡੀਆਂ ਹੀ ਟੁੱਟਦੀਆਂ ਆ, ਬੰਦੇ ਪ੍ਰਭੂ ਬਚਾ ਲੈਂਦੇ। ਪਰ ਇੱਕ ਹੋਰ ਨੂੰ ਸੇਮ ਕਾਲ ਗਈ, ਉਹਨੂੰ ਇਦਾਂ ਕਿਹਾ ਗਿਆ, ਬਹੁਤ ਭਿਆਨਕ ਐਕਸੀਡੈਂਟ ਹੋਇਆ, ਉਹਨੇ ਨਾਲ ਹੀ ਫੋਨ ਰੱਖ ਕੇ ਕਿਹਾ ਇਹ ਐਕਸੀਡੈਂਟ ਮੌਤ ਦਾ ਨਹੀਂ ਗਵਾਹੀ ਦਾ ਕਾਰਨ ਹੈ। ਸਮਝ ਵਿੱਚ ਕੀ ਆਇਆ? ਚੌਕਸ ਰਹੋ ਤੁਸੀਂ ਕੀ ਸੁਣਦੇ ਹੋ, ਤੁਹਾਡਾ ਮਨ ਤੁਹਾਨੂੰ ਕੀ ਕਹਿ ਰਿਹਾ ਹੈ। ਜੋ ਤੁਹਾਡਾ ਮਨ ਤੁਹਾਨੂੰ ਕਹਿ ਰਿਹਾ ਹੈ ਚੌਕਸ ਹੋ ਕੇ ਸੁਣੋ, ਫਾਇਦੇ ਦੀ ਗੱਲ ਕਰ ਰਿਹਾ ਹੈ ਕਿ ਹਾਨੀ ਦੀ ਗੱਲ ਕਰ ਰਿਹਾ ਹੈ। ਪਰਮੇਸ਼ਵਰ ਦੀ ਸੋਚ ਤੁਹਾਡੇ ਲਈ ਫਾਇਦੇ ਵਾਲੀ ਆ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ। ਪਰਮੇਸ਼ਵਰ ਦੀ ਸੋਚ ਤੁਹਾਡੇ ਲਈ ਹਾਨੀ ਵਾਲੀ ਬਿਲਕੁਲ ਨਹੀਂ ਆ। ਜਦੋਂ
ਲਾਜ਼ਰ ਬਿਮਾਰ ਸੀ, ਭੈਣਾਂ ਨੇ ਮਰੀਮ ਤੇ ਮਾਰਥਾ ਨੇ ਉਦੋਂ ਹੀ ਸੁਨੇਹਾ ਭੇਜ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਨੂੰ, ਕਹਿੰਦੇ ਉਹਨਾਂ ਨੂੰ ਜਾ ਕੇ ਦੱਸ ਦਿਓ ਪ੍ਰਭੂ ਨੂੰ ਕਿ ਤੇਰਾ ਜਿਹੜਾ ਦੋਸਤ ਆ ਉਹ ਬਿਮਾਰ ਆ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਆ। ਉਦੋਂ ਹੀ ਉਸ ਮੌਤ ਨੂੰ ਰੋਕ ਦਿੱਤਾ ਗਿਆ ਸੀ ਜਦੋਂ ਉਹ ਮਰਿਆ ਵੀ ਨਹੀਂ ਸੀ। ਜਦੋਂ ਹੀ ਉਹਨਾਂ ਨੇ ਆਣ ਕੇ ਕਿਹਾ ਤੇਰਾ ਦੋਸਤ ਬਹੁਤ ਬਿਮਾਰ ਆ, ਪ੍ਰਭੂ ਨੇ ਕੀ ਕਿਹਾ, ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਆ। ਜਦੋਂ ਜੈਰਸ ਦੀ ਧੀ ਦੇ ਕੋਲ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਗਏ, ਉਹਨੇ ਕਿਹਾ ਇਹ ਮਰੀ ਨਹੀਂ ਆ, ਇਹ ਸੁੱਤੀ ਹੋਈ ਆ। ਉਹਨੇ ਚੰਗੇ ਸ਼ਬਦ ਬੋਲੇ ਕਿਉਂਕਿ ਪਰਮੇਸ਼ਵਰ ਦੀ ਯੋਜਨਾ ਤੁਹਾਡੇ ਲਈ ਚੰਗੀ ਆ, ਪਰਮੇਸ਼ਵਰ ਦੀ ਯੋਜਨਾ ਤੁਹਾਡੇ ਲਈ ਲਾਭ ਵਾਲੀ ਆ, ਹਾਨੀ ਵਾਲੀ ਨਹੀਂ। ਮੀਂਹ ਪੈਂਦਾ ਆ ਤੇ ਤੁਸੀਂ ਉਦੋਂ ਹੀ ਨਾ ਕਹਿਣਾ ਸ਼ੁਰੂ ਕਰ ਦਿਓ ਫਸਲ ਮਾਰ ਕੇ ਰੱਖ ਦੇਣੀ ਇਹਨੇ ਐਤਕੀ ਸਾਡੀ, ਹਨੇਰੀ ਵਗੀ ਤਾਂ ਉਦੋਂ ਹੀ ਨਾ ਕਹਿਣਾ ਸ਼ੁਰੂ ਕਰ ਦੋ, ਇਹ ਹਨੇਰੀ ਤਾਂ ਪੱਕਾ ਸਾਡੀਆਂ ਕੰਧਾਂ ਸੁੱਟੂਗੀ, ਐਤਕੀ ਤਾਂ ਗਰਮੀ ਜਿਹੜੀ ਆ ਉਹ ਮਾਰੂਗੀ ਸਾਨੂੰ, ਐਤਕੀ ਤਾਂ ਇੱਦਾਂ ਹੋ ਜਾਊਗਾ। ਪਰਮੇਸ਼ਵਰ ਦੀ ਇੱਛਾ ਤੁਹਾਨੂੰ ਮਾਰਨਾ ਨਹੀਂ ਆ, ਪਰਮੇਸ਼ਵਰ ਦੀ ਇੱਛਾ ਤੁਹਾਡਾ ਨੁਕਸਾਨ ਕਰਨਾ ਨਹੀਂ ਆ, ਪਰ ਪਰਮੇਸ਼ਵਰ ਦੀ ਇੱਛਾ ਤੁਹਾਡੇ ਲਈ ਲਾਭ ਵਾਲੀ ਆ। ਲਿਖਿਆ ਜੇ ਸਮੇਪ ਨਾਲ ਤੁਸੀਂ ਮਿਣਦੇ ਹੋ, ਤੁਸੀਂ ਮਿਣ ਰਹੇ ਹੋ ਕਿ ਕੰਧਾਂ ਡਿੱਗਣ ਤਾਂ ਜ਼ਰੂਰ ਡਿੱਗ ਜਾਣਗੀਆਂ, ਤੁਸੀਂ ਮਿਣ ਰਹੇ ਹੋ ਕਿ ਬਿਮਾਰੀਆਂ ਮਾਰਨ ਤਾਂ ਜ਼ਰੂਰ ਇੱਛਾ ਪੂਰੀ ਹੋ ਜਾਏਗੀ, ਕਿਉਂਕਿ ਜੇ ਸਮੇਪ ਨਾਲ, ਕਿਉਂਕਿ ਕਹਿੰਦਾ ਚੌਕਸ ਰਹੋ ਤੁਸੀਂ ਕੀ ਸੁਣਦੇ ਹੋ, ਤੁਸੀਂ ਆਪਣੇ ਮਨ ਦੀ ਨੁਕਸਾਨ ਵਾਲੀ ਆਵਾਜ਼ ਨੂੰ ਸੁਣ ਰਹੇ ਹੋ, ਪਰ ਜਦ ਇਹ ਨੁਕਸਾਨ ਵਾਲੀਆਂ ਗੱਲਾਂ ਬੋਲੇ ਤਾਂ ਇਹਨੂੰ ਕਹੋ ਚੁੱਪ ਕਰ, ਇਹਨੂੰ ਉਹ ਸਪੋਕਨ ਵਰਡਸ ਸੁਣਾਓ ਜੋ ਪਰਮੇਸ਼ਵਰ ਨੇ ਬੋਲੇ ਆ, ਇਹਨੂੰ ਦੱਸੋ ਪਰਮੇਸ਼ਵਰ ਦੀ ਯੋਜਨਾ ਮੇਰੇ ਲਈ ਨੁਕਸਾਨ ਵਾਲੀ ਨਹੀਂ ਆ, ਮੇਰੇ ਲਈ ਫਾਇਦੇ ਵਾਲੀ ਆ। ਔਰ ਵਚਨ ਵਿੱਚ ਲਿਖਿਆ ਸਭ ਚੀਜ਼ਾਂ ਉਹਨਾਂ ਲਈ ਮਿਲ ਕੇ ਭਲਾਈ ਪੈਦਾ ਕਰਦੀਆਂ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਆ। ਤਾਂ ਇੱਛਾ ਕਿੱਥੇ ਆ? ਮਨ ਦੇ ਅੰਦਰ, ਭਾਵ ਜਿਹੜੇ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਚੱਲਦੇ ਆ ਸਭ ਚੀਜ਼ਾਂ ਉਹਨਾਂ ਦੀ ਭਲਾਈ ਪੈਦਾ ਕਰਦੀਆਂ। ਕਿਸੇ ਵਿਅਕਤੀ ਨੇ ਮੈਨੂੰ ਇੱਕ ਗੱਲ ਕਹੀ ਕਿ ਸਿਸਟਰ ਤੂੰ ਪਰਮੇਸ਼ਵਰ ਦੇ ਕੰਮ ਵਿੱਚ ਆਣ ਕੇ ਤੈਨੂੰ ਨਹੀਂ ਲੱਗਦਾ ਤੂੰ ਗਲਤੀ ਕਰ ਲਈ ਆ? ਮੈਂ ਕਿਹਾ ਮੈਨੂੰ ਬਿਲਕੁਲ ਨਹੀਂ ਲੱਗਦਾ, ਤੈਨੂੰ ਕਾਹਤੇ ਲੱਗਦਾ? ਕਹਿੰਦਾ ਤੂੰ ਬਹੁਤ ਬੈਰੀ ਖੜੇ ਕਰ ਲਏ ਆ, ਇੰਨੀ ਸੱਚਾਈ ਦੇ ਨਾਲ ਅਗਰ ਤੂੰ ਚੱਲੂਗੀ ਹੋ ਸਕਦਾ ਤੈਨੂੰ ਜੇਲ੍ਹ ਜਾਣਾ ਪੈ ਜਾਵੇ, ਹੋ ਸਕਦਾ ਰਾਹ ਗਲੀ ਕੋਈ ਤੇਰਾ ਨੁਕਸਾਨ ਕਰ ਦੇਵੇ, ਹੋ ਸਕਦਾ ਕਿ ਇਸ ਧਰਤੀ ਦੇ ਹਾਕਮ ਤੁਹਾਡਾ ਵਿਰੋਧ ਕਰਨ ਤੇ ਇੱਕ ਸਮਾਂ ਆਏ ਕਿ ਤੁਸੀਂ ਭੁੱਖੇ ਮਰੋ। ਬੜੀਆਂ ਡੇਂਜਰਸ ਚੀਜ਼ਾਂ ਉਹਨੇ ਬੜਾ ਇੱਕ ਸੀਨ ਜਿਹਾ ਦਿਖਾਇਆ। ਮੈਂ ਕਿਹਾ ਮੈਨੂੰ ਏਦਾਂ ਭੋਰਾ ਵੀ ਨਹੀਂ ਲੱਗਦਾ ਕਿ ਮੇਰੇ ਨਾਲ ਏਦਾਂ ਦਾ ਕੁਛ ਹੋਊਗਾ, ਕਿਉਂਕਿ ਮੈਂ ਤੇਰੇ ਅੱਖਰਾਂ ਉੱਤੇ ਨਹੀਂ, ਮੈਂ ਉਹਨਾਂ ਅੱਖਰਾਂ ਉੱਤੇ ਗੌਰ ਕਰਦੀ ਹਾਂ ਜਿਹੜੇ ਅੱਖਰ ਮੇਰੇ ਪਰਮੇਸ਼ਵਰ ਨੇ ਮੇਰੇ ਲਈ ਬੋਲੇ, ਔਰ ਮੈਂ ਉਹਨਾਂ ਅੱਖਰਾਂ ਉੱਤੇ ਗੌਰ ਕਰਦੀ ਹਾਂ। ਅਗਰ ਉਹ ਲੋਕੀ ਜਿਹੜੇ ਸਿਰਫ ਆਪਣੀ ਨੌਕਰੀ ਉੱਤੇ ਡਿਪੈਂਡ ਕਰਦੇ ਆ ਉਹ ਰੋਟੀ ਖਾਣਗੇ, ਤਾਂ ਮੈਂ ਜੋ ਸਿਰ ਤੋਂ ਪੈਰਾਂ ਤੱਕ ਪਰਮੇਸ਼ਵਰ ਉੱਤੇ ਡਿਪੈਂਡ ਕਰਦੀ ਹਾਂ ਕਿ ਉਹ ਮੈਨੂੰ ਰੋਟੀ ਨਹੀਂ ਦੇਵੇਗਾ? ਉਹ ਲੋਕੀ ਜਿਹੜੇ ਹੋਰਾਂ
ਮੈਂ ਉਹਦੇ ਮਗਰ ਲੱਗੀ ਹਾਂ ਕਿ ਉਹ ਮੈਨੂੰ ਜੀਵਨ ਨਹੀਂ ਬਖਸ਼ੂਗਾ। ਮੈਂ ਆਪਣੇ ਪਰਮੇਸ਼ਵਰ ਦੇ ਅੱਖਰਾਂ ਉੱਤੇ ਗੌਰ ਕਰਦੀ ਹਾਂ। ਵਚਨ ਵਿੱਚ ਲਿਖਿਆ ਆ ਯਹੋਵਾ ਮੇਰਾ ਅਯਾਲੀ ਹੈ, ਮੈਨੂੰ ਕੋਈ ਥੋੜੇ। ਦੁਨੀਆ ਭਾਵੇਂ ਕਾਲ ਵਿੱਚ ਹੋਵੇ ਕਹਿੰਦਾ ਤੁਸੀਂ ਰੱਜ ਕੇ ਖਾਓਗੇ, ਮੈਂ ਉਹਦੇ ਬੋਲੇ ਸ਼ਬਦਾਂ ਤੇ ਗੌਰ ਕਰਦੀ ਹਾਂ। ਮੈਂ ਉਹਨਾਂ ਸ਼ਬਦਾਂ ਤੇ ਗੌਰ ਨਹੀਂ ਕਰਦੀ ਕਿ ਕੋਈ ਮੈਨੂੰ ਕੀ ਕਹਿ ਰਿਹਾ ਹੈ, ਕਿਉਂਕਿ ਦੁਨੀਆ ਨਹੀਂ ਦੁਨੀਆ ਦਾ ਰਚਣ ਵਾਲਾ ਵੱਡਾ ਹੈ। ਮੇਰੇ ਲਈ ਮਾਇਨੇ ਨਹੀਂ ਰੱਖਦੇ ਕਿ ਮਨੁੱਖ ਮੈਨੂੰ ਕੀ ਕਹਿ ਰਹੇ ਆ, ਮੇਰੇ ਲਈ ਮਾਇਨੇ ਰੱਖਦਾ ਕਿ ਯਹੋਵਾ ਪਰਮੇਸ਼ਵਰ ਨੇ ਮੇਰੇ ਲਈ ਕੀ ਕੁਛ ਬੋਲਿਆ ਆ। ਮੈਂ ਨਹੀਂ ਡਰਦੀ ਉਹਨਾਂ ਵੈਰੀਆਂ ਤੋਂ ਜਿਹੜੇ ਸਿਰਫ ਜਿਸਮਾਨੀ ਨੁਕਸਾਨ ਕਰ ਸਕਦੇ ਆ, ਮੈਂ ਡਰਦੀ ਹਾਂ ਉਸ ਪਰਮੇਸ਼ਵਰ ਤੋਂ ਜਿਹੜਾ ਜਾਨ ਤੇ ਰੂਹ ਜਿਸਮ ਸਭ ਕਾਹੇ ਦਾ ਇਖਤਿਆਰ ਰੱਖਦਾ ਹੈ। ਸੋ ਤੁਸੀਂ ਪਰਮੇਸ਼ਵਰ ਦੇ ਬੋਲੇ ਹੋਏ ਅੱਖਰਾਂ ਉੱਤੇ ਚਿੱਤ ਲਾਓ। ਅਰ ਉਹਦੇ ਬੋਲੇ ਹੋਏ ਅੱਖਰ ਕੀ ਆ? ਕਹਿੰਦਾ ਮੈਂ ਚਾਹੁੰਦਾ ਆ ਤੂੰ ਨਰੋਇਆ ਹੋ ਜਾ। ਕੀ ਉਹਦੇ ਬੋਲੇ ਹੋਏ ਅੱਖਰ? ਮੈਂ ਚਾਹੁੰਦਾ ਆ ਤੂੰ ਨਰੋਇਆ ਹੋ ਜਾ। ਉਹਦੇ ਸ਼ਬਦਾਂ ਦੇ ਵਿੱਚ ਲਿਖਿਆ ਆ ਯਹੋਵਾ ਮੇਰਾ ਅਯਾਲੀ ਆ ਤੇ ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਊਗੀ। ਭਾਵੇਂ ਤੁਹਾਡਾ ਮਨ ਤੈਨੂੰ ਕਹਿ ਰਿਹਾ ਆ ਤੈਨੂੰ ਬਹੁਤ ਘਾਟਾ ਪੈਣ ਵਾਲਾ ਆ, ਪਰ ਤੁਸੀਂ ਉਹਦੇ ਅੱਖਰਾਂ ਉੱਤੇ ਗੌਰ ਨਾ ਕਰੋ, ਪਰਮੇਸ਼ਵਰ ਦੇ ਅੱਖਰਾਂ ਉੱਤੇ ਗੌਰ ਕਰੋ ਕਿ ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੋਊਗੀ। ਮੈਨੂੰ ਲੋੜ ਨਹੀਂ ਆ ਬੈਰੀਆਂ ਦੇ ਉੱਤੇ ਧਿਆਨ ਦੇਣ ਦੀ, ਕਿਉਂਕਿ ਮੈਨੂੰ ਤਾਂ ਸੱਜੇ ਹੱਥ ਨਾਲ ਪਰਮੇਸ਼ਵਰ ਨੇ ਸੰਭਾਲਿਆ ਹੈ। ਕਹਿੰਦਾ ਤੇਰੇ ਬੈਰੀ ਨਾ ਹੋਇਆ ਜੇ ਹੋ ਕੇ ਨਾਸ਼ ਹੋ ਜਾਣਗੇ। ਬਾਬਾ ਕੋਈ ਬਦੀ ਕਹਿੰਦਾ ਤੇਰੇ ਨੇੜੇ ਨਹੀਂ ਆਊਗੀ, ਹਜ਼ਾਰ ਤੇਰੇ ਮੁੱਢ ਤੇ 10,000 ਤੇਰੇ ਸੱਜੇ ਹੱਥ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। ਬੁਢਾਪੇ ਵਿੱਚ ਵੀ ਕਹਿੰਦਾ ਮੈਂ ਧੌਲਿਆਂ ਤੀਕਰ ਤੈਨੂੰ ਸੰਭਾਲਾਂਗਾ, ਉਕਾਬਾਂ ਵਾਂਗ ਤੈਨੂੰ ਜ਼ੋਰ ਬਖਸ਼ਾਂਗਾ, ਤੇਰੀ ਜਵਾਨੀ ਨੂੰ ਨਵਾਂ ਕਰਾਂਗਾ। ਮੈਂ ਕਿਉਂ ਗੌਰ ਕਰਾਂ ਕਿਸੇ ਦੇ ਉਹਨਾਂ ਅੱਖਰਾਂ ਤੇ ਜਿਹੜੇ ਮੈਨੂੰ ਡਿਸਅਪੁਆਇੰਟ ਕਰਦੇ ਆ, ਪਰ ਮੈਂ ਗੌਰ ਕਰੂੰ ਉਹਨਾਂ ਅੱਖਰਾਂ ਤੇ ਜਿਹੜੇ ਮੈਨੂੰ ਰੋਜ਼ ਨਵੀਂ ਊਰਜਾ ਨਾਲ ਭਰਦੇ ਆ। ਹਾਲੇਲੂਇਆ। ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਦੇ ਅੱਖਰਾਂ ਉੱਤੇ ਗੌਰ ਨਹੀਂ ਕਰਦੇ, ਇਸੇ ਕਰਕੇ ਉਹ ਬਿਮਾਰੀ ਵਿੱਚ ਆ, ਇਸੇ ਕਰਕੇ ਉਹ ਸਮੱਸਿਆ ਵਿੱਚ ਆ, ਇਸੇ ਕਰਕੇ ਉਹ ਗਰੀਬੀ ਦੇ ਵਿੱਚ ਆ। ਉਹਨਾਂ ਨੂੰ ਕਿਸੇ ਵਿਅਕਤੀ ਨੇ ਕਹਿ ਦਿੱਤਾ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗਦਾ ਆ। ਫਿਰ ਇੱਕ ਹੋਰ ਨੇ ਕਹਿ ਦਿੱਤਾ ਮੈਨੂੰ ਤੂੰ ਥੋੜਾ ਪਰੇਸ਼ਾਨ ਜਿਹਾ ਲੱਗਦਾ ਆ। ਉਹਨੇ ਸੁਣ ਲਿਆ ਇਸ ਗੱਲ ਤੇ ਉਹਨੇ ਕਿਹਾ ਹਾਂ ਮੈਨੂੰ ਵੀ ਲੱਗਦਾ ਜਿੱਦਾਂ ਮੈਂ ਪਰੇਸ਼ਾਨ ਹੀ ਹਾਂ, ਮੈਨੂੰ ਪਹਿਲਾਂ ਹੀ ਲੱਗਦਾ ਸੀ ਮੈਂ ਪਰੇਸ਼ਾਨ ਹਾਂ, ਤੂੰ ਬੁੱਝ ਲਿਆ। ਉਹਨੇ ਉਸ ਸ਼ਬਦ ਨੂੰ ਸੁਣ ਲਿਆ, ਉਸ ਸ਼ਬਦ ਨਾਲ ਗਰਭ ਧਾਰ ਲਿਆ। ਹੁਣ ਉਹਦੀਆਂ ਰਿਪੋਰਟਾਂ 'ਚ ਕੀ ਆ ਰਿਹਾ? ਡਿਪਰੈਸ਼ਨ, ਸਟ੍ਰੈਸ, ਮਾਈਗ੍ਰੇਨ, ਸਰਵਾਈਕਲ, ਅੱਧੇ ਸਿਰ ਦੀ ਪੀੜ, ਸਿਰ ਦਾ ਟਿਊਮਰ, ਬ੍ਰੇਨ ਨੂੰ ਸੋਜ, ਇਹ ਕਿਸ ਗੱਲ ਦਾ ਰਿਜ਼ਲਟ ਆ? ਉਹਨਾਂ ਅੱਖਰਾਂ ਨੂੰ ਸੁਣਨ ਦਾ ਜਿਹੜੇ ਅੱਖਰ ਕਿਸੇ ਨੇ ਉਹਨੂੰ ਕਿਹਾ ਸੀ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗਦਾ ਆ। ਵੈਰੀ ਉਹਦੇ ਰਾਹੀਂ ਤੁਹਾਨੂੰ ਉਕਸਾ ਰਿਹਾ ਆ ਕਿ ਤੂੰ ਕਹਿ ਰਿਹਾ ਹੋ ਮੈਂ ਪਰੇਸ਼ਾਨ ਹਾਂ, ਤੂੰ ਜਦੋਂ ਕਵੇਂਗਾ ਮੈਂ ਪਰੇਸ਼ਾਨ ਹਾਂ ਉਹ ਸਾਰਾ ਜ਼ੋਰ ਲਾ ਕੇ ਤੈਨੂੰ ਪਰੇਸ਼ਾਨ ਕਰ ਦੂ। ਜਦੋਂ ਤੁਹਾਨੂੰ ਕੋਈ ਕਹਿੰਦਾ ਤੂੰ ਪਰੇਸ਼ਾਨ, ਉਹਨੂੰ ਕਹੋ ਸਾਨੂੰ ਕਾਹਦੀ ਪਰੇਸ਼ਾਨੀ, ਸਾਡੀਆਂ ਪਰੇਸ਼ਾਨੀਆਂ ਤਾਂ ਪ੍ਰਭੂ ਨੇ ਚੱਕ ਲਈਆਂ। ਵਚਨ ਵਿੱਚ ਲਿਖਿਆ ਤਿਆ ਕਹਿੰਦਾ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੁੱਟ ਦੇ, ਕਹਿੰਦਾ ਮੈਨੂੰ ਤੇਰੀ ਫਿਕਰ ਆ। ਜਦੋਂ ਤੁਹਾਨੂੰ ਕੋਈ ਜਣਾ ਕਹਿੰਦਾ ਆ ਮੈਨੂੰ ਤੂੰ ਬਿਮਾਰ ਜਿਹਾ ਲੱਗਦਾ ਆ, ਤੁਸੀਂ ਉਦੋਂ ਜਾ ਕੇ ਆਪਣੀ ਫੈਮਿਲੀ ਨੂੰ ਪੁੱਛਣ ਲੱਗ ਜਾਂਦੇ ਭਲਾ ਤੈਨੂੰ ਵੀ ਮੈਂ ਮਾੜਾ ਹੋਇਆ ਲੱਗਦਾ ਆ, ਤੈਨੂੰ ਵੀ ਲੱਗਦਾ ਮੈਂ ਲਿੱਸਾ ਹੋਇਆ ਆ। ਉਹ ਫਲਾਣੇ ਨੇ ਮੈਨੂੰ ਏਦਾਂ ਕਿਹਾ, ਤੁਸੀਂ ਸੁਣ ਲਿਆ। ਥੋੜੇ ਦਿਨਾਂ ਬਾਅਦ ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਵਿੱਚ ਦੇਖਦੇ ਆ ਜੋ ਤੁਸੀਂ ਸੁਣੀ ਸੀ ਪਹਿਲਾਂ ਨਹੀਂ, ਸੁਣਨ ਦੇ ਬਾਅਦ, ਕਿਉਂਕਿ ਤੁਹਾਡੇ ਮਨ ਨੇ ਸੁਣ ਲਿਆ। ਪਰ ਤੁਹਾਨੂੰ ਉਦੋਂ ਹੀ ਕਹਿਣਾ ਚਾਹੀਦਾ ਸੀ ਨਹੀਂ ਨਹੀਂ ਤੈਨੂੰ ਬਹੁਤ ਭੁਲੇਖਾ ਲੱਗਦਾ, ਮੈਂ ਤਾਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਨਰੋਇਆ ਕੀਤਾ ਗਿਆ ਆ, ਮੈਨੂੰ ਤਾਂ ਕੋਈ ਬਿਮਾਰੀ ਨਹੀਂ ਆ,
ਤੈਨੂੰ ਭੁਲੇਖਾ ਹੈ, ਓਦਾਂ ਹੀ ਤੂੰ ਚਿਰੀ ਮਿਲਿਆ ਤਾਂ ਤੈਨੂੰ ਏਦਾਂ ਲੱਗਦਾ, ਅਸੀਂ ਤਾਂ ਬਿਲਕੁਲ ਠੀਕ ਹੈ, ਤੰਦਰੁਸਤ, ਬੜੀ ਕਿਰਪਾ ਹੈ ਪਰਮੇਸ਼ਵਰ ਦੀ। ਤੁਸੀਂ ਕੀ ਸੁਣਦੇ ਹੋ? ਵਚਨ ਕਹਿੰਦਾ ਚੌਕਸ ਰਹੋ। ਤੁਸੀਂ ਕੀ ਸੋਚਦੇ ਆ? ਜਿਹੜੇ ਤੁਹਾਨੂੰ ਕਹਿ ਰਹੇ ਆ ਤੂੰ ਬੜਾ ਪਰੇਸ਼ਾਨ ਲੱਗਦਾ, ਤੁਹਾਡੀ ਪਰੇਸ਼ਾਨੀ ਦਾ ਹੱਲ ਲੈ ਕੇ ਆਏ ਆ, ਤੁਸੀਂ ਉਹਨਾਂ ਨੂੰ ਹੱਲ ਪੁੱਛੋਗੇ ਤਾਂ ਕਹਿਣਗੇ ਹੱਲ ਤਾਂ ਕੋਈ ਨਹੀਂ ਯਾਰ, ਮੈਂ ਤੇ ਆਪ ਬੜਾ ਪਰੇਸ਼ਾਨ ਆ। ਤੁਸੀਂ ਉਹਨੂੰ ਪੁੱਛੋਗੇ ਜੇ ਜਿਹੜਾ ਤੁਹਾਨੂੰ ਕਹਿ ਰਿਹਾ ਤੂੰ ਤਾਂ ਮੈਨੂੰ ਬਿਮਾਰ ਜਿਹਾ ਲੱਗਣ ਡਿਆ, ਲਿੱਸਾ ਜਿਹਾ ਲੱਗਣ ਡਿਆ, ਤੁਸੀਂ ਉਹਨੂੰ ਪੁੱਛਿਓ, ਉਹਨੇ ਕਹਿਣਾ ਮੈਂ ਤਾਂ ਆਪ ਦਵਾਈਆਂ ਖਾ ਖਾ ਕਮਲਾ ਹੋਇਆ ਆ। ਜਿਹੜਾ ਆਪ ਸ਼ੈਤਾਨ ਦੇ ਵਿੱਚ ਫਸਿਆ ਪਿਆ ਆ, ਚੱਕਰਾਂ ਵਿੱਚ ਪਿਆ, ਉਹ ਤੁਹਾਨੂੰ ਵੀ ਲਪੇਟਣਾ ਚਾਹੁੰਦਾ ਆ। ਤੁਸੀਂ ਉਹਨਾਂ ਅੱਖਰਾਂ ਨੂੰ ਸੁਣਨਾ ਬੰਦ ਕਰ ਦਿਓ ਜਿਹੜੇ ਘਾਟੇ ਵਾਲੇ ਆ, ਜਿਹੜੇ ਨੁਕਸਾਨ ਵਾਲੇ ਆ, ਕਿਉਂਕਿ ਉਹ ਅੱਖਰ ਪਰਮੇਸ਼ਵਰ ਦੇ ਵੱਲੋਂ ਨਹੀਂ ਆ। ਨਵੇਂ ਅੱਖਰ ਬੋਲਣੇ ਸ਼ੁਰੂ ਕਰੋ, ਔਰ ਉਹ ਅੱਖਰ ਬੋਲਣੇ ਸ਼ੁਰੂ ਕਰੋ ਜਿਹੜੇ ਪਰਮੇਸ਼ਵਰ ਵੱਲੋਂ ਆ। ਅਸੀਂ ਦੁਖੀ ਕਦੋਂ ਹੁੰਦੇ ਆ? ਜਦੋਂ ਅਸੀਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ। ਵਚਨ ਕਹਿੰਦਾ ਪਰਮੇਸ਼ਵਰ ਕਹਿ ਰਹੇ ਆ ਕਿ ਮੇਰੀਆਂ ਸੋਚਾਂ ਤੇਰੇ ਲਈ ਫਾਇਦੇ ਵਾਲੀਆਂ ਆ, ਲਾਭ ਵਾਲੀਆਂ ਆ। ਔਰ ਵਚਨ ਵਿੱਚ ਲਿਖਿਆ ਕਹਿੰਦਾ ਮੈਂ ਤੈਨੂੰ ਸਿਖਾਉਂਗਾ ਜਿਸ ਰਾਹ ਤੂੰ ਜਾਣਾ ਆ, ਕਹਿੰਦਾ ਧਨ ਕਮਾਉਣ ਦਾ ਵਾਲ ਵੀ ਤੈਨੂੰ ਸਿਖਾਉਂਗਾ ਮੈਂ। ਤਾਂ ਸਾਰੀਆਂ ਸੋਚਾਂ ਤਾਂ ਪ੍ਰਭੂ ਦੀਆਂ ਸਾਡੇ ਲਈ ਫਾਇਦੇ ਵਾਲੀਆਂ ਆ, ਪਰ ਅਸੀਂ ਜਦੋਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ, ਉਹਦੇ ਸ਼ਬਦਾਂ ਦੇ ਵਿਰੁੱਧ ਬੋਲਦੇ ਆ, ਤਾਂ ਪਰਮੇਸ਼ਵਰ ਦੀਆਂ ਸੋਚਾਂ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਅਸੀਂ ਭੁਗਤਦੇ ਆ। ਉਹਦੇ ਸ਼ਬਦਾਂ ਦੇ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਅਸੀਂ ਭੁਗਤਦੇ ਆ। ਅਗਰ ਅਸੀਂ ਉਹ ਸ਼ਬਦ ਬੋਲੀਏ ਜੋ ਪਰਮੇਸ਼ਵਰ ਨੇ ਸਾਡੇ ਲਈ ਬੋਲੇ ਆ, ਤੁਸੀਂ ਕਦੀ ਬਿਮਾਰ ਨਹੀਂ ਹੋਵੋਗੇ। ਅਗਰ ਤੁਸੀਂ ਉਹ ਸ਼ਬਦ ਬੋਲੋ ਜੋ ਪਰਮੇਸ਼ਵਰ ਨੇ ਤੁਹਾਡੇ ਵਿਖੇ ਸੋਚੇ ਆ, ਤੁਸੀਂ ਕਦੀ ਤੰਗੀ ਵਿੱਚ ਨਹੀਂ ਹੋਵੋਗੇ। ਔਰ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਸ਼ਬਦ ਬੋਲੇ ਆ? ਕਹਿੰਦਾ ਮੈਂ ਚਾਹੁੰਦਾ ਆ ਤੂੰ ਨਰੋਇਆ ਹੋ ਜਾ। ਕਹਿੰਦਾ ਤੁਸੀਂ ਸ਼ਾਹੀ ਘਰਾਣੇ ਦੇ ਵਾਰਸ ਹੋਵੋਗੇ, ਤੇ ਲੋਕੀ ਤੁਹਾਨੂੰ ਕੀ ਕਹਿ ਰਹੇ ਆ? ਤੂੰ ਤੇ ਕਰਜ਼ੇ 'ਚ ਹੀ ਮਰ ਜਾਣਾ ਲੱਗਦਾ, ਤੁਹਾਡੇ ਤੋਂ ਤੁਹਾਡੇ ਸਰਾਪ ਨਹੀਂ ਟੁੱਟਣੇ ਲੱਗਦਾ, ਤੁਹਾਡਾ ਕੁਛ ਬਣਨਾ ਨਹੀਂ ਲੱਗਦਾ। ਪਰ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਬੋਲਿਆ ਆ? ਕਹਿੰਦਾ ਤੁਸੀਂ ਸ਼ਾਹੀ ਘਰਾਣੇ ਦੇ ਵਾਰਸ ਹੋ, ਤੁਸੀਂ ਛੁਡਾਏ ਗਏ ਹੋ, ਤੁਸੀਂ ਬੁਲਾਏ ਗਏ ਹੋ, ਤੁਸੀਂ ਚੁਣੇ ਗਏ ਹੋ, ਤੁਸੀਂ ਪਰਮੇਸ਼ਵਰ ਦੇ ਬੇਟੇ ਹੋ, ਤੁਸੀਂ ਪਰਮੇਸ਼ਵਰ ਦੀਆਂ ਬੇਟੀਆਂ ਹੋ। ਔਰ ਕਹਿੰਦਾ ਸਵਰਗੀ ਨਿਵਾਸ ਸਥਾਨਾਂ ਦੇ ਵਿੱਚ ਤੁਹਾਡੇ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲੇਲੂਇਆ। ਤੁਸੀਂ ਇਹਨਾਂ ਸੋਚਾਂ ਦੇ ਵਿਖੇ ਸੋਚੋ, ਔਰ ਇਹਨਾਂ ਸ਼ਬਦਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਜਿਹੜਾ ਆ ਬੋਲਣਾ ਸ਼ੁਰੂ ਕਰੋ। ਸੰਸਾਰ ਤੁਹਾਡੇ ਲਈ ਕੀ ਬੋਲਦਾ ਆ? ਤੂੰ ਨਲਾਇਕ ਆ, ਤੂੰ ਨਿਕੰਮਾ ਆ, ਤੂੰ ਤੇਰਾ ਕੁਛ ਨਹੀਂ ਬਣ ਸਕਦਾ, ਤੂੰ ਮੂਰਖ ਆ, ਤੂੰ ਗਰੀਬ ਆ, ਤੂੰ ਰੋਗੀ ਆ। ਪਰ ਪਰਮੇਸ਼ਵਰ ਤੁਹਾਨੂੰ ਕਹਿੰਦਾ ਤੂੰ ਮੇਰਾ ਬੇਟਾ ਆ, ਤੂੰ ਮੇਰੀ ਬੇਟੀ ਆ, ਤੂੰ ਤਾਂ ਰਾਜੇ ਰਾਣੀਆਂ ਤੇਰੇ ਨਿਆਣਿਆਂ ਨੂੰ ਪੁੱਛੜ ਚੱਕੀ ਫਿਰਨਗੇ, ਹਕੂਮਤਾਂ ਤੇਰੇ ਅੱਗੇ ਝੁੱਕ ਜਾਣਗੀਆਂ, ਜਿੱਥੇ ਤੂੰ ਪੈਰ ਰੱਖੇਗਾ ਉਹ ਜਗ੍ਹਾ ਮੈਂ ਤੈਨੂੰ ਰਾਜ ਕਰਨ ਲਈ ਦੇ ਦਿਆਂਗਾ। ਤਾਂ ਤੁਸੀਂ ਇਹ ਸੋਚੋ ਕਿ ਵੱਡਾ ਕੌਣ ਆ? ਪਰਮੇਸ਼ਵਰ। ਸਭ ਕੁਛ ਕਰਨ ਦੀ ਤਾਕਤ ਕਿਹਦੇ ਕੋਲੇ ਆ? ਪਰਮੇਸ਼ਵਰ ਦੇ ਕੋਲੇ। ਤਾਂ ਫਿਰ ਤੁਸੀਂ ਪਰਮੇਸ਼ਵਰ ਦੇ ਅੱਖਰਾਂ ਵੱਲ ਚਿੱਤ ਲਾਓ, ਉਹਦੇ ਬੋਲੇ ਹੋਏ ਅੱਖਰਾਂ ਨੂੰ ਤੁਸੀਂ ਆਪਣੇ ਗਰਭ ਦੇ ਅੰਦਰ ਧਾਰਨ ਕਰ ਲਓ, ਕਿਉਂਕਿ ਜਦੋਂ ਤੁਸੀਂ ਉਹਦੇ ਸ਼ਬਦਾਂ ਉੱਤੇ ਚਿੱਤ ਲਾਓਗੇ ਤੁਸੀਂ ਸ਼ਰਮਿੰਦੇ ਨਹੀਂ ਹੋਵੋਗੇ। ਔਰ ਮੈਂ ਆਪਣੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਰੋਜ਼ ਦੀ ਰੋਜ਼ ਹੰਡਾ ਰਹੀ ਹਾਂ। ਸੱਚੀ ਮੈਂ ਮਨੁੱਖਾਂ ਦੇ ਸ਼ਬਦਾਂ ਦੀ ਪਰਵਾਹ ਬਿਲਕੁਲ ਨਹੀਂ ਕਰਦੀ, ਬਿਲਕੁਲ ਪਰਵਾਹ ਨਹੀਂ ਕਰਦੀ। ਮੈਂ ਸਿਰਫ ਉਹਨਾਂ ਸ਼ਬਦਾਂ ਦੇ ਉੱਤੇ ਚਿੱਤ ਲਾਇਆ ਜਿਹੜੇ ਸ਼ਬਦ ਮੇਰੇ ਪਰਮੇਸ਼ਵਰ ਨੇ ਮੇਰੇ ਲਈ ਬੋਲੇ, ਔਰ ਮੈਂ ਰੋਜ਼ ਉਹਨਾਂ ਸ਼ਬਦਾਂ ਨੂੰ ਮੈਨੀਫੈਸਟ ਕਰਦੀ ਹਾਂ, ਔਰ ਮੇਰੇ ਜੀਵਨ ਦੇ ਵਿੱਚ ਉਹ ਸ਼ਬਦ ਪੂਰੇ ਹੁੰਦੇ ਆ। ਮੈਂ ਰੋਜ਼ ਇਸ ਗੱਲ ਨੂੰ ਬੋਲਦੀ ਹਾਂ, ਆਈ ਐਮ ਬਲੈਸਡ, ਆਈ ਐਮ ਸੁਪਰ ਬਲੈਸਡ, ਮੈਂ ਆਸ਼ੀਸ਼ ਪਾਈ ਆ, ਮੈਂ ਬਹੁਤਾਇਤ ਦੀ ਆਸ਼ੀਸ਼ ਪਾਈ, ਮੈਂ ਸਵਰਗੀ ਸਥਾਨਾਂ ਦੇ ਵਿੱਚ ਆਸ਼ੀਸ਼ ਪਾਈ ਆ, ਮੈਂ ਆਪਣੇ ਘਰ ਦੇ ਵਿੱਚ ਆਸ਼ੀਸ਼ ਪਾਈ ਆ, ਮੈਂ ਆਪਣੇ ਬੱਚਿਆਂ ਦੇ ਵਿੱਚ ਆਸ਼ੀਸ਼ ਪਾਈ ਆ, ਮੈਂ ਆਪਣੀ ਸੇਵਕਾਈ ਦੇ ਵਿੱਚ ਆਸ਼ੀਸ਼ ਪਾਈ ਆ, ਮੈਂ ਆਪਣੇ ਜਿਸਮ ਦੇ ਵਿੱਚ ਆਸ਼ੀਸ਼ ਪਾਈ ਆ, ਮੈਂ ਆਪਣੇ ਜੀਵਨ ਦੇ ਵਿੱਚ ਆਸ਼ੀਸ਼ ਪਾਈ ਆ। ਔਰ ਤੁਸੀਂ ਸਭ ਗਵਾਹ ਹੋ ਕਿ ਮੈਂ ਆਸ਼ੀਸ਼ ਪਾਈ ਆ। ਹਾਲੇਲੂਇਆ, ਹਾਲੇਲੂਇਆ। ਵਚਨ ਵਿੱਚ ਲਿਖਿਆ ਤੇਰਾ ਬੋਲ ਬਾਲਾ ਹੋਵੇਗਾ,
ਤੇ ਮੈਂ ਰੋਜ਼ ਬੋਲਦੀ ਆ ਮੇਰੇ ਪਰਮੇਸ਼ਵਰ ਨੇ ਮੇਰਾ ਬੋਲਬਾਲਾ ਕੀਤਾ ਆ। ਸਵਰਗੀ ਨਿਵਾਸ ਸਥਾਨਾਂ ਵਿੱਚ ਵੀ ਮੇਰਾ ਨਾਮ ਬੋਲਿਆ ਜਾਂਦਾ ਆ, ਹਕੂਮਤਾਂ ਵਿੱਚ ਮੇਰਾ ਨਾਮ ਬੋਲਿਆ ਜਾਂਦਾ, ਰਾਜਿਆਂ ਦੇ ਮੂੰਹ ਤੇ ਮੇਰਾ ਨਾਮ ਬੋਲਿਆ ਜਾਂਦਾ, ਮੇਰੇ ਆਲੇ ਦੁਆਲੇ ਦੇ ਲੋਕਾਂ ਵਿੱਚ ਮੇਰਾ ਨਾਮ ਬੋਲਿਆ ਜਾਂਦਾ, ਕਿਉਂਕਿ ਪਰਮੇਸ਼ਵਰ ਨੇ ਮੇਰਾ ਬੋਲਬਾਲਾ ਕੀਤਾ ਆ। ਔਰ ਤੁਸੀਂ ਗਵਾਹ ਹੋ ਕਿ ਉਹਨੇ ਮੇਰਾ ਬੋਲਬਾਲਾ ਕੀਤਾ ਆ। ਪਰਮੇਸ਼ਵਰ ਦੇ ਵਚਨ ਵਿੱਚ ਮੇਰੇ ਲਈ ਲਿਖਿਆ ਆ ਕਿ ਤੂੰ ਚੰਗਾ ਕੀਤਾ ਗਿਆ ਹੈ, ਤੇ ਮੈਂ ਰੋਜ਼ ਬੋਲਦੀ ਹਾਂ ਮੈਂ ਚੰਗੀ ਕੀਤੀ ਗਈ ਹਾਂ, ਮੈਂ ਜਿਸਮਾਨੀ ਤੌਰ ਤੇ ਚੰਗੀ ਹਾਂ, ਮੈਂ ਆਤਮਕ ਤੌਰ ਤੇ ਚੰਗੀ ਹਾਂ, ਮੈਂ ਰੂਹਾਨੀ ਤੌਰ ਤੇ ਚੰਗੀ ਹਾਂ, ਮੈਂ ਆਪਣੇ ਪਰਿਵਾਰ ਵਿੱਚ ਚੰਗੀ ਹਾਂ, ਮੈਂ ਇੱਕ ਚੰਗੀ ਮਾਂ ਹਾਂ, ਮੈਂ ਇੱਕ ਚੰਗੀ ਭੈਣ ਹਾਂ, ਮੈਂ ਇੱਕ ਚੰਗੀ ਪਤਨੀ ਹਾਂ, ਮੈਂ ਇੱਕ ਚੰਗੀ ਪਰਮੇਸ਼ਵਰ ਦੀ ਦਾਸੀ ਹਾਂ। ਸੋ ਤੁਸੀਂ ਗਵਾਹ ਹੋ ਕਿ ਪਰਮੇਸ਼ਵਰ ਦੀ ਚੰਗਿਆਈ ਮੇਰੇ ਜੀਵਨ ਦੇ ਵਿੱਚ, ਉਹਨੇ ਮੈਨੂੰ ਮੌਤ ਦੇ ਤਖ਼ਤ ਉੱਤੋਂ ਵੀ ਚੰਗਿਆ ਕਰਕੇ ਉਠਾ ਲਿਆ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਆਪਣੇ ਜੀਵਨ ਵਿੱਚ ਉਹਨਾਂ ਸ਼ਬਦਾਂ ਨੂੰ ਬੋਲੋਗੇ ਜੋ ਸ਼ਬਦ ਪਰਮੇਸ਼ਵਰ ਨੇ ਤੁਹਾਡੇ ਲਈ ਬੋਲੇ, ਉਹ ਸ਼ਬਦ ਤੁਹਾਡੇ ਜੀਵਨ ਵਿੱਚ ਗਵਾਹੀ ਦੇਣਗੇ ਕਿ ਹਾਂ ਜੋ ਇਹ ਕਹਿੰਦਾ ਆ ਉਹ ਸੱਚ ਆ। ਹਾਲੇਲੂਇਆ। ਤਾਂ ਤੁਹਾਡੇ ਲਈ ਜਿਨ੍ਹਾਂ ਨੂੰ ਲੱਗਦਾ ਆ ਕਿ ਤੁਸੀਂ ਕਰਜ਼ ਦੇ ਹੇਠ ਹੋ, ਤੁਹਾਡੇ ਲਈ ਵਚਨ ਵਿੱਚ ਲਿਖਿਆ ਕਹਿੰਦਾ ਤੁਸੀਂ ਕਰਜ਼ ਲਵੋਗੇ ਨਹੀਂ ਪਰ ਬਹੁਤਿਆਂ ਨੂੰ ਕਰਜ਼ ਦੇਣ ਵਾਲੇ ਹੋਵੋਗੇ। ਕਹਿੰਦਾ ਤੁਸੀਂ ਰੋਗੀ ਨਹੀਂ, ਤੁਸੀਂ ਹੱਥ ਰੱਖੋਗੇ ਤੇ ਰੋਗੀ, ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਤੁਹਾਡੇ ਸੱਜੇ ਹੱਥ ਤੇ ਖੱਬੇ ਹੱਥ ਵਧੀਆਂ ਤੇ ਬੁਰਾਈਆਂ ਵਾਲੇ ਡਿੱਗਣਗੇ ਪਰ ਉਹ ਤੁਹਾਡੇ ਨੇੜੇ, ਤੁਸੀਂ ਚੱਲੋਗੇ ਤੇ ਸਵਰਗ ਨੂੰ ਤੁਹਾਡੇ ਪੈਰਾਂ ਹੇਠਾਂ। ਉਮਰ ਦੇ ਵਾਧੇ ਨਾਲ ਪਰਮੇਸ਼ਵਰ ਤੇਰੀ, ਡਾਕਟਰ ਕਹਿ ਰਿਹਾ ਆ ਮਹੀਨਾ ਹੋ ਰਿਹਾ, ਸਾਲ ਹੋ ਰਿਹਾ, ਪਰ ਵਚਨ ਕੀ ਕਹਿ ਰਿਹਾ, ਪ੍ਰਭੂ ਕੀ ਕਹਿ ਰਿਹਾ, ਮੈਂ ਆਰਜ਼ੂ ਦੇ ਵਾਧੇ ਨਾਲ ਤੇਰੀ ਨਿਸ਼ਾ ਕਰਾਂਗਾ। ਲੋਕੀ ਕਹਿੰਦੇ ਤੇਰੀ ਕੋਈ ਸੁਣਦਾ ਨਹੀਂ, ਵਚਨ ਕਹਿੰਦਾ ਕਹਿੰਦਾ ਤੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ। ਹਾਲੇਲੂਇਆ। ਤਾਂ ਅੱਜ ਤੋਂ ਲਾ ਕੇ ਤੁਸੀਂ ਉਹ ਬੋਲਣਾ ਸ਼ੁਰੂ ਕਰੋ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਬੋਲਿਆ ਆ, ਔਰ ਉਹ ਪੂਰਾ ਹੋਵੇਗਾ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਬੋਲਿਆ ਆ। ਹਾਲੇਲੂਇਆ, ਹਾਲੇਲੂਇਆ। ਅੱਜ ਤੋਂ ਤੁਸੀਂ ਉਹ ਨਹੀਂ ਬੋਲਣਾ ਜੋ ਤੁਹਾਡੇ ਹਾਲਾਤ ਬੋਲਦੇ ਆ, ਤੁਸੀਂ ਉਹ ਨਹੀਂ ਬੋਲਣਾ ਜੋ ਤੁਹਾਡੇ ਗਵਾਂਢੀ ਬੋਲਦੇ ਆ, ਤੁਸੀਂ ਉਹ ਨਹੀਂ ਬੋਲਣਾ ਜੋ ਤੁਹਾਡਾ ਮਨ ਬੋਲਦਾ ਆ, ਤੁਸੀਂ ਉਹ ਬੋਲਣਾ ਜੋ ਪਰਮੇਸ਼ਵਰ ਦਾ ਤਾਇਆ ਹੋਇਆ ਵਚਨ ਬੋਲਦਾ ਆ। ਇਹ ਕਿਸੇ ਮਨੁੱਖ ਦੀਆਂ ਗੱਲਾਂ ਨਹੀਂ ਆ। ਹੋ ਸਕਦਾ ਮੇਰੇ ਸ਼ਬਦ ਝੂਠੇ ਪੈ ਜਾਣ, ਪਰ ਵਚਨ ਵਿੱਚ ਲਿਖਿਆ ਅਸਮਾਨ ਆਪਣੀ ਜਗ੍ਹਾ ਤੋਂ, ਧਰਤੀ ਆਪਣੀ ਜਗ੍ਹਾ ਤੋਂ ਟਲ ਸਕਦੀ ਪਰ ਪਰਮੇਸ਼ਵਰ ਦਾ ਵਚਨ ਨਹੀਂ। ਹਾਲੇਲੂਇਆ। ਅਗਰ ਤੁਸੀਂ ਚਾਹੁੰਦੇ ਆ ਕਿ ਕੋਈ ਇਹੋ ਜਿਹੇ ਸ਼ਬਦ ਤੁਹਾਨੂੰ ਮਿਲ ਜਾਣ, ਕੋਈ ਇਹੋ ਜਿਹਾ ਮੰਤਰ ਤੁਹਾਨੂੰ ਮਿਲ ਜਾਵੇ ਜਿਹੜਾ ਹਰ ਹਾਲ ਵਿੱਚ ਕੰਮ ਕਰੇ, ਤਾਂ ਉਹ ਆ ਪਵਿੱਤਰ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਪਰਮੇਸ਼ਵਰ ਦੀਆਂ ਗੱਲਾਂ। ਤੁਸੀਂ ਇਹਨਾਂ ਵਚਨਾਂ ਨੂੰ ਪੜ੍ਹਨਾ ਸ਼ੁਰੂ ਕਰੋ, ਇਹਨਾਂ ਵਿੱਚੋਂ ਉਹ ਵਚਨ ਜਿਹੜੇ ਤੁਹਾਡੀ ਸ਼ਿਫਾ ਦੇ ਲਈ ਆ, ਜਿਹੜੇ ਤੁਹਾਡੇ ਛੁਟਕਾਰੇ ਦੇ ਲਈ ਆ, ਜਿਹੜੇ ਤੁਹਾਡੀ ਬਰਕਤ ਦੇ ਲਈ ਆ, ਜਿਹੜੇ ਤੁਹਾਡੇ ਬੱਚਿਆਂ ਦੀ ਆਸ਼ੀਸ਼ ਦੇ ਲਈ, ਉਹ ਸ਼ਬਦ ਬੋਲਣੇ ਸ਼ੁਰੂ ਕਰ ਦਿਓ। ਤੁਸੀਂ ਆਪਣੇ ਬੱਚਿਆਂ ਦੇ ਲਈ ਬੋਲਣਾ ਸ਼ੁਰੂ ਕਰੋ ਕਿ ਧਰਮੀ ਦੀ ਅੰਸ਼ ਕੌਮਾਂ ਵਿੱਚ ਜਾਣੀ ਜਾਏਗੀ, ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਆ, ਇਹਨਾਂ ਦੀ ਸ਼ਾਂਤੀ ਬਹੁਤ ਹੀ ਹੋਊਗੀ, ਸਾਡੇ ਬੱਚੇ ਰਾਜੇ ਰਾਣੀਆਂ ਦੇ ਵੱਲੋਂ ਕੁੱਛੜ ਚੱਕੇ ਜਾਣਗੇ, ਔਰ ਸੱਚਮੁੱਚ ਧਰਮੀ ਦੀ ਅੰਸ਼ ਜਿਹੜੀ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਮੁਬਾਰਕ ਹੋਏਗੀ। ਕਦੀ ਤੁਹਾਡਾ ਬੱਚਾ ਨਸ਼ਾ ਨਹੀਂ ਕਰੇਗਾ, ਕਦੀ ਤੁਹਾਡਾ ਬੱਚਾ ਗਲਤ ਸੰਗਤ ਵਿੱਚ ਨਹੀਂ ਜਾਏਗਾ, ਕਦੀ ਤੁਹਾਡਾ ਬੱਚਾ ਬੇਰੁਜ਼ਗਾਰ ਨਹੀਂ ਹੋਏਗਾ, ਕਦੀ ਤੁਹਾਡਾ ਬੱਚਾ ਬੇਘਰ ਨਹੀਂ ਹੋਏਗਾ, ਜਦੋਂ ਤੁਸੀਂ ਪਰਮੇਸ਼ਵਰ ਦੇ ਸਪੋਕਨ ਵਰਡਸ ਨੂੰ ਅੰਗੀਕਾਰ ਕਰਦੇ ਰਹੋਗੇ। ਹਾਲੇਲੂਇਆ। ਸੋ ਮੈਂ ਯਕੀਨ ਕਰਦੀ ਹਾਂ ਕਿ ਅੱਜ ਪਰਮੇਸ਼ਵਰ ਦੇ ਆਤਮਾ ਤੇ ਵਚਨ ਤੋਂ ਬੋਲੇ ਹੋਏ ਸ਼ਬਦ ਤੁਹਾਡੇ ਜੀਵਨ ਵਿੱਚ ਪੂਰੇ ਹੋਣਗੇ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੀਕਰ ਪਰਮੇਸ਼ਵਰ ਦੇ ਚੋਣ ਵਾਲਿਆਂ ਦੇ ਨਾਲ ਬਣੀ ਰਹੇ। ਆਮੇਨ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।